ਸਿੱਧੇ ਸਿੱਧੇ ਸਾਧ ਲੋਕ ਕਹਿੰਦੇ ਬਈਆ ਗੱਲ ਕੱਟ ਕਰੀਵੇਂ ਦਾ ਆਪਣਾ ਮਜ਼ਾ। ਤੁਸੀਂ ਆਓ ਸਾੜੇ ਮਿੱਠੀ ਮਿੱਠੀ ਡੋਗਰੀ ਬੋਲਦੇ ਨੇ ਡੋਗਰੇ, ਸੋਚੀ ਤੇ ਵਿਚਾਰੀ ਮੂੰਹਾਂ ਬੋਲਦੇ ਨੇ ਡੋਗਰੇ। ਜੰਗਾ ਜੰਦੇ ਹੱਸੀਏ ਤੇ ਆਉਂਦੇ ਨਹੀਂ ਉਹ ਨੱਸੀਏ, ਜਾਲਮੇਗੀ ਮਾਰਦੇ ਨੇ ਤੀਰ ਕਸੀ ਕਸੀਏ। ਦੋਸਤੋ, ਜਾਲਮੇਗੀ ਤੇ ਤੀਰ ਕਸੀ ਕਸੀ ਮਾਰਦੇ ਨੇ, ਪਰ ਸ਼ਿਵੇ ਦਾ ਦੁਆਰ ਜਲ ਮਨ ਭੱਦਾ ਢਾਲਦੇ ਨੇ ਅਤੇ ਦੇਵੀਆਂ ਦਾ ਚਾੜਦੇ ਨੇ ਛਿੱਲੀ, ਤਾਂ ਕੇ ਆਖਦੇ ਖੰਡ ਮਿੱਠੇ ਲੋਕ ਡੋਗਰੇ। ਦੋਸਤੋ, ਅੱਜ ਦੀ ਕੜੀ 'ਚ ਤੁਸੀਂ ਦਿਖਾ ਕਰਦੇ ਹੋ, ਮੇਰੇ ਪਿੱਛੇ ਬੜਾ ਸੋਹਣਾ ਮੰਦਰ ਹੈ, ਜਿਸ ਮੰਦਰ ਦੇ ਵਿੱਚ ਲੋਕਾਂ ਦੀ ਤਾਂਤਾ ਲੱਗੇ ਦਾ ਦਰਸ਼ਨ ਕਰਨ ਦਾ। ਅਸੀਂ ਡੋਗਰਿਆਂ ਦੇ, ਅਗਰ ਇਸ ਡੋਗਰਿਆਂ ਦੀ ਦੇਵੀ ਦਾ ਪ੍ਰੋਗਰਾਮ ਨਹੀਂ ਕਰਚਾ, ਅੱਜ ਦਾ ਪ੍ਰੋਗਰਾਮ ਸਾਡਾ ਪੱਕਾ ਤਲਾਅ ਬਾਵੇ ਦਾ ਹੈ। ਅਤੇ ਪੱਕਾ ਤਲਾਅ ਬਾਵੇ ਜਾਣੇ ਕੋਲ ਪਹਿਲੇ ਕਿਉਂ ਨਹੀਂ, ਜਿਹੜੀ ਡੋਗਰਿਆਂ ਦੀ ਕੁਲ ਦੇਵੀ ਹੈ ਉਹ ਹੈ ਮਾਂ ਬਾਵੇ ਵਾਲੀ, ਇੱਥੇ ਦਰਸ਼ਨ ਕਰੀ, ਇਹਦਾ ਆਸ਼ੀਰਵਾਦ ਤੁਹਾਡੇ ਤੱਕ ਪਹੁੰਚਾਉਣਾ ਅਤੇ ਫਿਰ ਇਸ ਇਲਾਕੇ ਦੀ ਸੰਸਕ੍ਰਿਤੀ, ਸੱਭਿਅਤਾ ਅਤੇ ਭਾਸ਼ਾ ਅਤੇ ਇਤਿਹਾਸ ਤੁਹਾਡੇ ਕੰਨੇ ਸਾਂਝਾ ਕਰਨ ਦਾ ਪ੍ਰਯਾਸ ਕਰਨਾ। ਦੋਸਤੋ, ਇਹ ਹੈ ਮਾਤਾ ਦਾ ਦਰਬਾਰ, ਮਾਂ ਬਾਵੇ ਵਾਲੀ, ਜਿਹੜੀ ਡੋਗਰਿਆਂ ਦੀ ਧਿਆਨ ਵੀ ਖੁਆਈ ਜਾਂਦੀ, ਡੋਗਰਿਆਂ ਦੀ ਕੁਲਦੇਵੀ ਵੀ ਖੁਆਈ ਜਾਂਦੀ ਹੈ, ਔਰ ਡੋਗਰਿਆਂ ਦੀ ਰਕਸ਼ਕ ਵੀ ਹੈ। ਖਾਸ ਕਰੀਏ ਮਹਾਰਾਜਾ ਜੰਬੂ ਲੋਚਨ ਨੇ ਕਲਕੱਤਿਆ ਇਹਨੇ ਕੀ ਲਿਆਂਦਾ, ਇੱਥੇ ਵਾਸ ਕੀਤਾ। ਇਹ ਡੋਗਰਿਆਂ ਦੇ ਉੱਪਰ ਜ਼ਿਲ੍ਹਾ ਵੀ ਕੋਈ ਸਾਡਾ ਪ੍ਰੈਸ ਦਿਖਣੇ ਪਈ, ਕੋਈ ਐਸੀ ਮਹਾਂਮਾਰੀ ਆਈ ਆ, ਜਾਂ ਕੋਈ ਅਸ ਦਿਖਣੇ ਪਈ ਗੁਆਂਢੀ ਪ੍ਰਦੇਸ਼ ਦਾ ਕੋਈ ਯੁੱਧ ਹੋਈ ਆ, ਗੁਆਂਢੀ ਦੇਸ਼ ਸਾਡਾ ਪਰ ਕੋਈ ਐਸੀ ਅੱਖ ਰੱਖਦਾ, ਅਤੇ ਅੱਖ ਸਵੱਲੀ ਹੁੰਦੀ ਹੈ ਮਾਂ ਬਾਵੇ ਵਾਲੀ ਦੀ। ਇੱਥੋਂ ਦੇ ਮੰਤਰ ਨੇ, ਪੁਜਾਰੀ ਨੇ ਇਹਦੇ ਕੰਨੇ ਗੱਲਬਾਤ ਕਰਨੀ ਆ, ਕਿੰਨਾ ਲੋਕਾਂ ਦਾ ਆਸਥਾ ਹੈ ਇਸ ਮੰਦਰ ਦੇ ਉੱਪਰ, ਉਹਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ। ਭਾਈ ਜੀ, ਕਿਹਨਾਂ ਤੁਹਾਡਾ ਨਾਮ ਜੀ? ਮੇਰਾ ਨਾਮ ਪੰਡਿਤ ਮੋਹਨ ਲਾਲ ਸ਼ਰਮਾ। ਮੋਹਨ ਲਾਲ ਜੀ, ਇਹ ਮਾਤਾ ਕੁਲਦੇਵੀ ਦੇ ਰੂਪ 'ਚ ਵੀ ਮੰਨੀ ਜਾਂਦੀ। ਹਾਂਜੀ। ਔਰ ਕਲਕੱਤਿਆ ਕੀ ਆਗਮਨ ਹੋਇਆ ਇਹਦਾ ਇੱਥੇ ਸਾਡੇ ਜੰਮੂ? ਦੇਖੋ ਜੀ, ਰਾਜਾ ਮਹਾਰਾਜਾ ਸੀ ਜਿਹੜੇ, ਜਿਹਦੀ ਇੱਥੇ ਰਾਜ ਚੱਲਦਾ ਸੀ, ਉਹਨਾਂ ਦੀ ਕੁਲਦੇਵੀ ਸੀ। ਤੋ ਜੇ ਮਹਾਰਾਜ ਗੁਲਾਬ ਸਿੰਘ, ਔਰ ਜੇ ਮੰਦਿਰ ਜੋ ਬਣਾਇਆ ਮਹਾਰਾਜ ਗੁਲਾਬ ਸਿੰਘ ਨੇ, ਮਗਰ ਜੇ ਮਾਤਾ ਕੀ ਸਥਾਪਨਾ ਜੇ ਹੋਈ ਹੈ, ਜੇ ਪਹਿਲੇ ਕੀ ਹੈ, ਜੇ ਕਿ ਬਹੁ ਲੋਚਨ ਔਰ ਜੰਬੂ ਲੋਚਨ ਦੋਨੋਂ ਬਾਈ ਥੇ,
ਤੋ ਜੇ ਮਹਾਰਾਜ ਬਹੁ ਲੋਚਨ ਨੇ ਕਿਲੇ ਕਾ ਨਿਰਮਾਣ ਕਰਵਾਇਆ ਥਾ ਔਰ ਮਹਾਰਾਜ ਗੁਲਾਬ ਸਿੰਘ ਨੇ ਜੇ ਮੰਦਿਰ ਕਾ ਨਿਰਮਾਣ ਕਰਵਾਇਆ ਹੈ। ਨਹੀਂ ਦੇਖੋ ਜੀ, ਮਾਤਾ ਦੇ ਉੱਪਰ ਲੋਕਾਂ ਦੀ ਬੜਾ ਵਿਸ਼ਵਾਸ ਹੈ। ਕੋਈ ਵੀ ਕਾਰਜ, ਕੋਈ ਵੀ ਜਿਹੜਾ ਜੰਮੂ 'ਚ ਕਠਿਨਾਈ ਆਉਂਦੀ ਹੈ, ਇਹ ਤਾਂ ਪੂਰੇ ਦੇਸ਼ ਦੀ ਰੱਖਿਆ ਕਰਦੀ ਹੈ, ਮਗਰ ਜੰਮੂ ਖਾਸ ਕਰ ਜੰਮੂ ਵਾਸੀਆਂ ਕੀ, ਕਿਉਂਕਿ ਕੋਈ ਵੀ ਆਪਤੀ ਆਉਂਦੀ ਹੈ ਤਾਂ ਮਾਤਾ ਜੀ ਬਿਲਕੁਲ ਪੂਰਾ ਸਾਥ ਦਿੰਦੀਆਂ। ਦੇਖੋ ਜੀ, ਇਹ ਮਾਤਾ ਜੀ ਪਹਿਲਾਂ ਪੁਰਾਣੇ ਟਾਈਮ 'ਚ ਮਾਤਾ ਦਾ ਦਰਬਾਰ ਬਲੀ ਵੀ ਲੱਗਦੀ ਸੀ, ਮਗਰ ਜਿਸਲੇ ਮਾਤਾ ਜੀ ਦੀ ਸਥਾਪਨਾ ਹੋਈ, ਮਹਾਰਾਜ ਗੁਲਾਬ ਸਿੰਘ ਨੇ ਸਥਾਪਨਾ ਕਰਵਾਈ, ਤਾਂ ਉਹਦੇ ਬਾਅਦ 'ਚ ਮਾਤਾ ਦੀ ਜਿਹੜੀਆਂ ਛਿੱਲੀਆਂ ਚੜ੍ਹਾਈਆਂ ਜਾਂਦੀਆਂ ਹਨ, ਉਹ ਇਹ ਸਾਮ ਧਾਮ ਚੜ੍ਹਾਈਆਂ ਜਾਂਦੀਆਂ ਹਨ, ਉਹਨੇ ਦੀ ਬਲੀ ਨਹੀਂ ਲੱਗਦੀ ਹੈ। ਤਾਂ ਮਾਤਾ ਜੀ ਕੀ ਮਿੱਠਾ ਪ੍ਰਸ਼ਾਦ ਲਵਾਇਆ ਜਾਂਦਾ। ਮਾਤਾ ਜੀ ਨੇ ਆਖਿਆ ਕਿ ਇੱਥੇ ਮੈਂ ਕੜਾਹ ਪੂੜੀ ਦੀ ਇਤਿਹਾਸ, ਕੜਾਹ ਪੂੜੀ ਜਾਂ ਜੋ ਵੀ ਮਿਠਾਈ ਦਾ ਪ੍ਰਯੋਗ ਕਰਗੀ, ਤਾਂ ਮਾਤਾ ਜੀ ਸ਼ਾਂਤ ਰੂਪ 'ਚ ਬੈਠੀ ਹੈ, ਮਾਤਾ ਮਾਂ ਕਾਲੀ ਸ਼ਾਂਤ ਰੂਪ 'ਚ, ਇਹਦੇ ਵਾਸਤੇ ਮਾਤਾ ਜੀ ਮਿੱਠਾ ਭੋਗ ਲਵਾਇਆ ਜਾਂਦਾ। ਦਰਬਾਰ ਕੀ ਜੈ, ਭਾਈ ਮੇਰੀ ਸੱਚੀਆਂ ਜੋਤਾਂ ਵਾਲੀ ਮਾਤਾ, ਸਭ ਦੇ ਮੰਤਾਂ ਪੂਰੀ ਕਰਨ ਵਾਲੀ ਮਾਤਾ ਹੀ, ਸਾਰੇ ਦੀ ਸੰਸਾਰ ਦੀ ਰੱਖਿਆ ਕਰਨ ਵਾਲੀ ਮਾਤਾ ਹੀ, ਥੋੜੀ ਸਦਾਈ ਜੈ। ਦੋਸਤੋ, ਮਾਂ ਬਾਬੇ ਵਾਲੀ ਦੇ ਦਰਬਾਰ ਦੇ ਵਿੱਚ ਸੰਗਤ ਆਉਂਦੀ ਹੈ, ਆਪਣੀ ਮੰਨਤ ਆ ਜਿਲ੍ਹਾ ਪੂਰੀ ਹੁੰਦੀ ਅਤੇ ਮਾਤਾ ਜੀ ਇਹ ਛਿੱਲੀਆਂ ਚੜ੍ਹਾਉਂਦੇ ਨੇ, ਪਰਿਵਾਰ ਖੜੋਤੇ ਨੇ, ਹੱਥ ਜੋੜੀ ਹੈ, ਕਰ ਕਮਲ ਜੋੜੀ ਹੈ, ਜਿਹਦੀ ਮਨੋਕਾਮਨਾ ਪੂਰੀ ਹੋਈ ਉਹਦੇ ਕੰਨੇ ਗੱਲ ਕਰ ਕਰਨੇ ਆ। ਕਿਹਾ ਨਾਂ ਜੀ ਤੁਹਾਡਾ? ਰਜਨੀ। ਰਜਨੀ ਜੀ, ਕਿੱਥੋਂ ਆਇਆ ਤੁਸੀਂ? ਜੀ ਅਸ ਕਰਵਾਲ ਦਾ। ਕੀ ਮੰਨਤਾ ਹੈ ਜਿਹੜੀ ਪੂਰੀ ਹੋਈ ਅੱਜ? ਜਮਨਤਾ ਸੁਣਾਣੀ ਨਹੀਂ, ਸੁਣਾਉਂਦੇ ਵੀ ਹਨ, ਬਸ ਕਈ ਲੋਕ ਨਹੀਂ ਸੁਣਾਉਂਦੇ, ਸਿਰਫ ਮਾਤਾ ਹੁੰਦੇ ਕੰਨੇ ਕੋ ਹੁੰਦੀ ਹੈ ਆਪਣੀ ਗੱਲਬਾਤ ਜਿਹੜੀ ਹੁੰਦੀ ਹੈ ਅੰਦਰ ਦੀ। ਹਾਂਜੀ, ਮੰਨਤਾ ਪੂਰੀ ਹੋਈ ਹੈ? ਹਾਂਜੀ ਪੂਰੀਆਂ ਹੁੰਦੀਆਂ ਨਾ, ਅਸ ਇੱਧਰ ਆਉਂਦੇ ਹਾਂ, ਛਿੱਲੀਆਂ ਵਜਾਉਂਦੇ ਹਾਂ ਅਤੇ ਮੰਨਤਾਂ ਸਾਡੀਆਂ ਪੂਰੀਆਂ ਹੁੰਦੀਆਂ ਨੇ, ਮਾਤਾ ਰਾਣੀ ਕਰਦੀ ਹੈ ਸਾਡੇ। ਬਿਲਕੁਲ ਬਿਲਕੁਲ, ਇੱਕ ਸ਼ਰਧਾਲੂ ਵਰਗੇ ਨਾਲ ਜੀ ਤੁਹਾਡਾ? ਮੇਰਾ ਨਾਂ ਰਜਿੰਦਰ ਕੁਮਾਰ ਜੀ। ਰਜਿੰਦਰ ਜੀ, ਕਿੰਨੀ ਆਸਥਾ ਹੈ ਮਾਤਾ ਬਾਬੇ ਵਾਲੀ ਪਰ? ਬੜੀ ਆਸਥਾ ਹਨ ਮਾਤਾ ਦੀ ਕਿਰਪਾ ਸਾਡੇ ਉੱਪਰ। ਆਖਦੇ ਵੀ ਡੋਗਰੇ ਕੀ ਕੋਈ ਵੀ ਐਸਾ ਦੁੱਖ ਆਈ ਆ, ਹਾਂਜੀ, ਜਾਂ ਕੋਈ ਦੁੱਖਾਂ ਦੀ ਘੜੀ ਆਵੇ ਤੇ ਜੀ ਘਰ ਬਿੰਦਰ ਆ, ਕੋਈ ਕੰਡਾ ਚੁੱਭੇ ਤੇ ਮਾਂ ਚੇਤਾ ਹੁੰਦੀ, ਤੇ ਜੇ ਵੱਡੀ ਤਕਲੀਫ ਆਵੇ ਤੇ ਬਾਵੇ ਵਾਲੀ, ਹਾਂਜੀ, ਤੇ ਕਿੰਨੀ ਆਸਥਾ, ਕਿੰਨੇ ਵਾਰੇ ਤੁਸੀਂ, ਕਿੰਨੇ ਮਤਲਬ ਵਾਰੇ ਚ ਜਾਂ ਦਿਨੇ ਚ ਕਿੰਨੇ ਵਾਰੀ ਆਉਂਦੇ ਤੁਸੀਂ? ਅਸੀਂ ਆਉਂਦੇ ਰਹਿੰਦੇ ਹਾਂ, ਮੱਥਾ ਟੇਕਦੇ ਰਹਿੰਦੇ ਹਾਂ। ਦੋਸਤੋ, ਬਾਵੇ ਵਾਲੀ ਮਾਂ ਦੇ ਪ੍ਰਾਂਗਣ ਦੇ ਵਿੱਚ ਅਸੀਂ ਦੇਖਿਆ ਕਰਦੇ ਜੀ ਸ਼ਰਧਾਲੂ ਮੱਥਾ ਟੇਕੀਏ, ਆਸ਼ੀਰਵਾਦ ਪ੍ਰਾਪਤ ਕਰਾ ਕਰਦੇ ਨੇ। ਇਹ ਅਸੀਂ ਦਿਖਾਉਂਦੇ ਪੁਲਿਸ ਅਤੇ ਸੋਸ਼ਲ ਫਾਰੈਸਟਰੀ ਵਿਭਾਗ ਜਿਹੜਾ ਨੇ ਮਿਲੀ ਹੈ, ਇੱਥੇ ਲੋਕਾਂ ਦੀ ਛਾਂ ਵਾਸਤੇ ਰੁੱਖ ਬੂਟੇ ਲਾ ਕਰਦੇ ਨੇ। ਕਿੰਨੀ ਅੱਛੀ ਗੱਲ ਹੈ, ਇਹਦੇ ਕੰਨੇ ਗੱਲਬਾਤ ਕਰਨੇ ਆ, ਕਿਉਂਕਿ ਬੂਟੇ ਹੋਣ, ਰੁੱਖ ਬੂਟੇ ਹੋਣ ਅਤੇ ਸਾਡਾ ਜਿਹੜਾ ਜੀਵਨ ਹੈ ਉਹ ਸਹੀ ਮਾਇਨੇ 'ਚ ਅਸੀਂ ਜੀ ਸਕੀਏ। ਨਹੀਂ ਤਾਂ ਅੱਜ ਕੱਲ੍ਹ ਅਸੀਂ ਦੇਖਿਆ ਕਰਦੇ ਹਾਂ ਜਿਹੜਾ ਇਨਵਾਇਰਮੈਂਟ ਚੇਂਜ ਦਾਵਾ ਕਰਦੀ ਆ, ਉਹਦੇ ਕੰਨੇ ਸਾਹ ਲੈਣਾ ਵੀ ਮੁਸ਼ਕਿਲ ਹੋਇਆ ਕਰਦਾ। ਮੈਡਮ ਜੀ, ਕੀ ਨਾਂ ਹੈ ਤੁਹਾਡਾ? ਮੇਰਾ ਨਾਮ ਕੀਰਤੀ ਸ਼ਰਮਾ ਹੈ।
मैं पुलिस डिपार्टमेंट में काम करती हूँ। पहले तो मैं सारे जम्मू वासियों और सारे अपने श्रद्धालुओं को जो माता वैष्णो देवी के यहाँ बागे बहु में दर्शन करने आ दे ताकि तुसें डोगरी च बोलने आस्तै आखेआ, लेकिन मेरे आस्तै थोड़ा जिहा मिक्स टफ होई जांदा उ'नें ही जै माता दी। और ये जो सोशल फॉरेस्ट डिपार्टमेंट की तरफा और जेहड़े प्लांटेशन की ड्राइव करा दे उंदे कन्नै मिलियै असें अज्ज ये बूटे लगाए न। लेकिन ये बूटे लगाने वाले दो परपज़ न, एक तो साढ़े आस्तै बड़ा जरूरी है कि बूटे लाने कन्नै साढ़ा एटमोसफेयर जेहड़ा शुद्ध रहिंदा है। दूसरा जेहड़े इत्थे आने वाले श्रद्धालु न, इत्थे लाने का मेन मकसद ये है कि श्रद्धालु जेहड़े दर्शन करने के बाद इत्थे थोड़ी देर बैठिए आराम करते, माता रानी का नाम जपना बैठना अपनी फैमिली की लेइए, तो उन्दे आस्तै छां दा प्रोविजन बनिया रहा और अच्छी छां च बैठन, थोड़ी देर माता रानी का दर्शन करिए उदा नाम जपन, ओदे प्रिमसिस च बैठिए थोड़ा जिहा अपना टाइम पास करन, ओदे आस्तै बड़ा जरूरी है। एक चीज होर खास करीब है, हुण निजी सवाल पुछना कि माता रानी पर किन्नी आस्था तुहाडी अपनी, इह देखा तां तुसीं इक प्रोफेशनल हो, कई लोग आखदे वी घरेलू लोग ते बड़ा पूजदे ने, प्रोफेशनल लोकें टाइम नहीं मिलदा, तुस की आखना चाहुंदे हो? नहीं, ऐसा नहीं है, टाइम की शार्टेज तो थोड़ी रोंदी है, लेकिन ऐसा नहीं है कि कुसा दी श्रद्धालु या श्रद्धा इस मंदिर कन्ने ना बज्जी दी होए, वो बहुत ज़्यादा है। ताकि मेरी अगर 18-20 साल सर्विस हुई है तो मी लगदा कि मैं कोई गिने चुने एक जां दो नवरात्रे होने जड़े मिस किते होने इत्थे ड्यूटी आस्ते, लेकिन फिर भी ड्यूटी पर कुतै भी रोने दे बावजूद भी कोशिश ही होंदी है कि एक दिन गै टाइम मिली है दौड़िया इस मंदिर दर्शन करियै आई अपनी ड्यूटी पर पुज्जी आ जाए। बिल्कुल, कि मैं रिसेंटली उत्थों पीरमीठे दा ट्रांसफर हुई तो मी इत्थे आइए लग्या, जिल्लै मिगी शामी तक नहीं पता हा कि मेरी ड्यूटी नवरात्रा च लगी दी है, तो मी चौकी अफसर साहब ने फोन किया, मैडम अस तुसें इत्थे तुप्पाने आ ते तुसें आए नहीं। मैं क्या करना, मैं दर्शन करना आना है, तो आगी तो जरूर मिलगी, लेकिन वो आखते नहीं थोड़ी इतने ड्यूटी लगी दी है। तो मैं बयान नहीं कर सकती कि मेरी खुशी का की आलम हाँ कि शायद मैं पीर मिठा का ताइया ट्रांसफर हुई कि इस नवरात्रा च माता रानी ने मेरे को ड्यूटी इतने लैनी। माता रानी ने थोड़ी मेहर की पूरी। सर तुम सुनाओ कि लोगों की कितनी आस्था, जियां तुम दिखते जन समूह है, जब हम कश्मीर से आए हैं, हम सब लोगों की आस्था इसमें है, सब लोग यहाँ हर साल में एक दो तीन चक्कर करते हैं, इसलिए बहुत आस्था है इस बात में। वहाँ पे आपकी खीर बन रही है, वैसे वैसे उससे ज्यादा बिल्कुल वैसे ही है, आस्था बहुत है यहाँ पर इसका। सिंह साहब भी सड़क कन्नड़ सिंह साहब जी, अस दिखने पे हर जाति धर्म के लोग इतने जल्द आते हैं तो वो पूजा अर्चना से जल्द हिस्सा लेंगे, और पुलिस विभाग भी पूरा जो अस दिखने पे लोगों की सुरक्षा वास्ते इसका मौजूद है। कि लोगों की जी है वो छानबीन करनी पड़ी कई बार अंदर मत्था टेकने जाने वास्ते? हाँ, ये थोड़ा बड़ा अच्छा टास्क भी है, लेकिन जिनी असी लोगों को देखते हैं कि इतने लोग आते हैं जिस श्रद्धा नाल आते हैं, और राती 10-10:30 बजे तक इतने पूरी भीड़ उमड़ रही है, तो मेरी सारे श्रद्धालुओं जय माता दी। तो और इस माता दे दरबार में मैं देखा है कि हर तबके का बंदा, वो सरदार हिंदू इवन दैन मुस्लिम लोग भी इतने आते मैं देखे, और माता दे प्रति इन्हों बहुत भारी श्रद्धा है। और इतने मैं जो श्रद्धुओं को सुनया कि इतने जिन्हें जो चीज़ भी मंगी उन्हों उत्थे प्राप्त होंगी है, इस माता दी बहुत बहुत साढ़े जम्मू वासियों वास्ते कृपा है और मेहर है। तो मैं फिर एक बार इस नवरात्रे के मौके पर सब श्रद्धालुओं जय माता दी बोलदा, और उम्मीद करदा कि तुसीं सब माता रानी सब दे उपर मेहर करे, जय माता दी। बिल्कुल सच गला करदे ने दोस्तो, माता रानी की असीम कृपा साढ़े जम्मू वाले खास करके जम्मू प्रांत के जिन्हें भी लोग रोंदे ने, जिन्हें ने गल की कि हिंदू मुस्लिम सिख ईसाई सारे इतने आइए मत्था टेका करते हैं, की नहीं टेकन, क्योंकि साढ़े जम्मू की रक्षक अगर अगर देखा जा तो मां बावे वाली है।
ਅਗਰ ਸਾਨੂੰ ਬਿੰਦ ਕੋਈ ਦੁੱਖ ਤਕਲੀਫ ਹੁੰਦੀ ਅਸ ਘਰ ਬੈਠੇ ਦੇ ਮੰਨਤ ਕਰਦੇ ਹਾਂ ਔਰ ਸਾਡੀਆਂ ਕਈ ਰੋਗ ਜਿਹੜੇ ਨੇ ਉਹ ਘਰ ਬੈਠੇ ਦੇ ਦੂਰ ਹੁੰਦੇ ਨੇ ਔਰ ਇੱਥੇ ਆਈਏ ਮੱਥਾ ਟੇਕੀਏ ਆਸ਼ੀਰਵਾਦ ਪ੍ਰਾਪਤ ਕਰਦੇ ਹਾਂ। ਅੱਜ ਸਾਡਾ ਵੀ ਪ੍ਰਯਾਸ ਆ ਅਸ ਤੁਸੀਂ ਗ੍ਰਾਂ ਗ੍ਰਾਂ ਦੀ ਸੰਸਕ੍ਰਿਤੀ ਕੰਨੇ ਰੂਬਰੂ ਤੋਂ ਕਰਾਉਂਦੇ ਰਹੇ ਅੱਜ ਸਾਡਾ ਪ੍ਰਯਾਸ ਆ ਕਿ ਸਾਡੀ ਡੋਗਰੇ ਦੀ ਕੁਲ ਦੇਵੀ ਜਿਹੜੀ ਹੈ ਅੱਜ ਉੱਥੇ ਮੱਥਾ ਟੇਕੀ ਉੱਥੋਂ ਦਾ ਆਸ਼ੀਰਵਾਦ ਤੁਹਾਡੇ ਤੱਕ ਪਹੁੰਚਾਇਆ ਜਾ ਅਤੇ ਦੋਸਤੋ ਇਹ ਸੰਸਕ੍ਰਿਤੀ ਸਾਂਝਾ ਹੋਇਆ ਕਰਦੀ ਹੈ ਅੱਜ ਬਾਵੇ ਦੀ ਅਤੇ ਬਾਵੇ ਦੀ ਹੋਰ ਟੋਹ ਲੈਂਦੇ ਹਾਂ ਔਰ ਕਿਸ਼ ਲੱਭਦਾ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨੇ। ਬਾਵੇ ਵਿੱਚ ਮੰਦਰ ਤੇਰਾ ਭਗਤਾਂ ਕੀ ਲੱਗਦਾ ਪਿਆਰਾ। ਦੋਸਤੋ ਸੱਚਮੁੱਚ ਖਾਲੀ ਭਗਤਾਂ ਹੀ ਨਹੀਂ ਪਿਆਰਾ ਲੱਗਦਾ, ਸਾਰੇ ਡੋਗਰੇ ਹੀ ਪਿਆਰਾ ਲੱਗਦਾ। ਮੰਦਰ ਬਾਵੇ ਵਾਲੀ ਦਾ, ਇਹ ਮਾਤਾ ਬਾਵੇ ਵਾਲੀ ਸਾਡੇ ਜੰਮੂ ਦੇ ਡੋਗਰਿਆਂ ਦੀ ਕੁਲਦੇਵੀ ਮੰਨਿਆ ਜਾਂਦਾ। ਸਾਡੇ ਰਾਜੇ ਕਲਕੱਤਿਆ ਇਸੀ ਲਿਆਂਦਾ ਦੇਵੀ ਬਣਾਈ ਹੈ ਅਤੇ ਅੱਜ ਸਾਡੇ ਸ਼ਹਿਰ ਦੇ ਵਿੱਚ ਇਹ ਸਾਡੇ ਡੋਗਰਿਆਂ ਦੇ ਉੱਪਰ ਆਪਣਾ ਆਸ਼ੀਰਵਾਦ ਪਰੋਚਾ ਹੱਥ ਰੱਖਦੀ ਹੈ। ਅੱਜ ਪੱਕੇ ਤਲਾਅ ਦਾ ਪ੍ਰੋਗਰਾਮ ਇਤਿਹਾਸ ਕਰਾ ਕਰਦੇ ਹਾਂ ਔਰ ਮਾਤਾ ਬਾਵੇ ਵਾਲੀ ਦਾ ਆਸ਼ੀਰਵਾਦ ਵੀ ਤੁਹਾਡੇ ਕੰਨੇ ਸਾਂਝਾ ਕੀਤਾ। ਇੱਥੇ ਸਤਸੰਗ ਵੀ ਚਲਾ ਕਰਦਾ ਅਤੇ ਗੀਤ ਮੰਡਲੀ ਵੀ ਹੋਣੀ ਅਤੇ ਇੱਥੇ ਬੈਠੇ ਦੇ ਨਾਰੇ ਕੰਨੇ ਗੱਲ ਕਰਦੇ ਹਾਂ ਅਤੇ ਉਹਦਾ ਮਨ ਟਟੋਲੀਏ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ। ਅੱਗੇ ਨਾ ਜੀ ਤੁਹਾਡਾ? ਮੇਰਾ ਅਨੁਰਾਧਾ ਚਾੜਕ ਹੈ ਅਤੇ ਸਭ ਤੋਂ ਪਹਿਲੇ ਮੈਂ ਤੁਹਾਡਾ ਬੜਾ ਬੜਾ ਸਵਾਗਤ ਕਰਨੀ ਹਾਂ। ਤੁਸੀਂ ਬਾਵੇ ਦੀ ਧਰਤੀ, ਮਾਂ ਕਾਲੀ ਦੀ ਧਰਤੀ, ਉੱਥੇ ਤੁਹਾਡੇ ਕਦਮ ਪਏ ਨੇ, ਤੁਹਾਡਾ ਬੜਾ ਬੜਾ ਸ਼ੁਕਰੀਆ। ਅਸ ਤਾਂ ਦੇਖਦੇ ਰਹਿੰਦੇ ਹਾਂ ਟੀ ਵੀ 'ਚ ਕਿ ਤੁਸੀਂ ਥਾਂ ਥਾਂ ਜਾਂਦੇ ਹੋ, ਗ੍ਰਾਂ ਗ੍ਰਾਂ ਜਾਂਦੇ ਹੋ। ਅੱਜ ਸਾਡਾ ਹੀ ਬੜਾ ਸੌਭਾਗ ਹੈ ਕਿ ਤੁਸੀਂ ਸਾਡੇ ਗ੍ਰਾਂ ਆਇਓ, ਸਾਡੀ ਗੱਲ ਕਰ ਸੁਣਨ ਵਾਸਤੇ ਆਏ ਹਾਂ। ਮੈਂ ਦੁਬਾਰਾ ਤੁਹਾਡਾ ਬੜਾ ਗਿਆ ਸਵਾਗਤ ਕਰਨੀ ਹਾਂ। ਮਾਤਾ ਰਾਣੀ ਨੇ ਅਗਰ ਲੇਟ ਕੀਤਾ ਹੋਣਾ, ਮੇਰਾ ਤਾਂ ਮਨ ਕਰਦਾ ਪਿਆ ਆਉਂ ਕੁੱਲੇ ਜਾਂ, ਜਿੰਨੇ ਚਿਰ ਸਾਦਾ ਨਹੀਂ ਹੋਇਆ ਇੰਨੇ ਚਿਰ ਵੀ ਪੁੱਜ ਨਹੀਂ ਸਕਦਾ। ਇੱਕ ਗੱਲ, ਕਿੰਨੀ ਆਸਥਾ ਹੈ ਦੋਸਤੋ ਹੁਣ ਬਾਵੇ 'ਚ ਅਗਰ ਆਉਂਦੇ ਹੋ ਔਰ ਮਾਤਾ ਰਾਣੀ ਦੀ ਕਿੰਨੀ ਅਸੀਮ ਕਿਰਪਾ ਤੋਂ ਸਮਝ ਦਿਓ ਆਪਣੇ ਆਪ। ਤੁਸੀਂ ਦੇਖਦੇ ਹੋ ਕਿ ਨਵਰਾਤਰੇ ਕਿ ਅੱਜ ਕੱਲ੍ਹ ਤਾਂ ਇੰਨਾ ਵੀ ਮਾਤਾ ਦੇ ਮਤਲਬ ਇੰਨਾ ਰਸ਼ ਪੈਦਾ ਹੁੰਦਾ ਕਿ ਜਿਹੜਾ ਜੰਮੂ ਦੀ ਧਰਤੀ ਹੈ ਨਾ, ਅਤੇ ਇਹ ਤਾਂ ਲੱਗਦਾ ਕਿ ਮਾਤਾ ਰਾਣੀ ਦਾ ਇੰਨੀ ਕਿਰਪਾ ਹੈ ਨਾ। ਜਿਹੜਾ ਅਸ ਸੁਣਦੇ ਵੀ ਆਏ ਹੈ ਕਿ ਸਾਡੇ ਬਜ਼ੁਰਗ ਵੀ ਆਖਦੇ ਹੈ ਕਿ ਜਦੋਂ ਕੋਈ ਲੜਾਈਆਂ ਹੁੰਦੀਆਂ ਹਨ ਅਤੇ ਜੇਕਰ ਮਤਲਬ ਪਾਕਿਸਤਾਨ ਕੋਈ ਬੰਬ ਵਗੈਰਾ ਸੁੱਟ ਦੋ, ਉਹਨੇ ਸਿਰਫ ਮਤਲਬ ਪੁੱਲ ਨਹੀਂ ਲੱਭਦਾ, ਪਾਣੀ ਗਾ ਪਾਣੀ ਲੱਭਦਾ, ਉਹ ਤਾਂ ਸਿਰਫ ਕੰਨਿਆ ਲੱਭਦੀ ਹੀ। ਇਸ ਕਰੀ ਮੈਂ ਆਖਦੀ ਕਿ ਮਾਂ ਬਾਵੇ ਦਾ ਵਾਲੀ ਦਾ ਇੰਨਾ ਆਸ਼ੀਰਵਾਦ ਹੈ ਸਾਡੇ ਜੰਮੂ ਪਰ। ਅਸ ਤਾਂ ਬੜੇ ਖੁਸ਼ਨਸੀਬ ਹਾਂ ਕਿ ਅਸ ਤਾਂ ਉਹਦੇ ਚਰਨੇ 'ਚ ਰੋਂਦੇ ਹਾਂ, ਚਰਨੇ 'ਚ ਉਹਦੇ ਵਾਸ ਕਰਦੇ ਹਾਂ, ਅਸ ਆਪਣੇ ਆਪ ਕੇ ਬੜੇ ਖੁਸ਼ਨਸੀਬ ਸਮਝਦੇ ਹਾਂ। ਅਨੁਜ ਜੀ ਇੱਕ ਗੱਲ ਹੋਰ ਹੈ, ਅਗਰ ਚੇਤਾ ਕੀਤਾ ਜਾ ਪੁਰਾਣਾ ਵੇਲਾ ਅਤੇ ਲੋਕ ਨਰਾਤਿਆਂ ਦੇ ਵਿੱਚ ਘਰ ਮਾਤਾ ਬਣਾਉਂਦੀਆਂ, ਕੁੜੀਆਂ ਨਿੱਕੀਆਂ ਨਿੱਕੀਆਂ ਇਕੱਠੀਆਂ ਹੋਣੀਆਂ, ਕੰਧਾਂ ਦੇ ਉੱਪਰ ਮਿੱਟੀ ਦੀ ਮਾਤਾ ਬਣਾਉਣੀ ਅਤੇ ਫਿਰ ਸਾਰੇ ਇਕੱਠੇ ਹੋਈ ਹੈ ਉਹ ਚੂਟੀ ਖੇਡਣੀ, ਸਵੇਰੇ ਸ਼ਾਮੀ ਪੂਜਾ ਕਰਨੀ, ਪਚਾਲਣ ਬਣਨੀ, ਕਿਆ ਉਹ ਹੈ ਦਿਨ ਚੇਤਾ?
ਨਹੀਂ ਬੜੇ ਹੀ ਅੱਛੇ ਦਿਨ ਹੈ ਜਿਹੜੇ ਕਿ ਹੁਣ ਅਸ ਕੱਲ੍ਹ ਪਰਸੋਂ ਬੈਠੇ ਰਹੇ ਅਤੇ ਮੈਂ ਆਪਣੇ ਸਾਥੀ ਨਾਲ ਗੱਲ ਕਰਾ ਰਹੀ ਮੈਂ ਕਿਉਂ ਨਹੀਂ ਅਸ ਮਤਲਬ ਨਿੱਕੇ ਨਿੱਕੇ ਆ ਰਹੇ ਹੁੰਦੇ ਹਾਂ ਅਸ ਦਿਖਦੇ ਹੈ ਜਦੋਂ ਕਿਤੇ ਅਸ ਮਤਲਬ ਗ੍ਰਾਂ ਥਾਰੇ ਜਾਂਦੇ ਹੈ ਅਤੇ ਸਾਰੀਆਂ ਜਿਹੜੀਆਂ ਕੁੜੀਆਂ ਇਕੱਠੀਆਂ ਹੋਈਆਂ ਇੱਕ ਘਰ ਮਾਤਾ ਰਾਣੀ ਫਿਰ ਇੱਕ ਪਚੈਲਨ ਬਲਣੀ ਸਾਰੇ ਇਕੱਠੇ ਹੋਏ ਰੋਟੀ ਖਾਣੀ ਬੜਾ ਗਾ ਆਨੰਦ ਹਾ ਪਰ ਹੈ ਕਿ ਹੁਣ ਅਸ ਦਿਖਾ ਦੇ ਹਾਂ ਕਿ ਜਿਹੜਾ ਕਿ ਸਾਡਾ ਜਿਹੜਾ ਕਲਚਰ ਹੈ ਨਾ ਉਹ ਥੋੜ੍ਹਾ ਲੁਪਤ ਹੁੰਦਾ ਜ਼ਿਆਦਾ ਪਰ ਨਹੀਂ ਹੁਣ ਅਸ ਕਿਉਂਕਿ ਸੋਸ਼ਲ ਮੀਡੀਆ ਦੇ ਮਾਧਿਅਮ ਕਰਨੇ ਅਸੀਂ ਦੇਖਿਆ ਕਿ ਨਹੀਂ ਸਾਡਾ ਜਿਹੜੇ ਮਤਲਬ ਹੁਣ ਜਿਹੜੀ ਪੀੜ੍ਹੀ ਆ ਆਉਣ ਵਾਲੀ ਉਹ ਮਤਲਬ ਕਾਫੀ ਪ੍ਰਮੋਟ ਕਰਾ ਰਹੀ ਹੈ ਆਪਣੇ ਕਲਚਰ ਗੀ ਅਤੇ ਦੇਖੀਏ ਬੜਾ ਖੁਸ਼ ਹੁੰਦੇ ਆ ਅਤੇ ਮੈਨੂੰ ਲੱਗਦਾ ਜਿਹੜੀ ਪਿਛਲੀ ਪੀੜ੍ਹੀ ਸੀ ਅਤੇ ਮੈਨੂੰ ਲੱਗਦਾ ਉੱਥੇ ਥੋੜ੍ਹਾ ਜਿਹਾ ਮਤਲਬ ਅਸ ਆਪਣੇ ਕਲਚਰ ਗੀ ਥੋੜ੍ਹਾ ਜਿਹਾ ਲੁਪਤ ਕਰੀਏ ਨਾ ਅਤੇ ਅਸੀਂ ਦੇਖਿਆ ਡੋਗਰੀ ਕਲਚਰ ਅਸੀਂ ਇਹ ਕੀਤਾ ਕਿ ਆਪਣੇ ਅਸ ਬੱਚੇ ਗੀ ਵੀ ਮਤਲਬ ਡੋਗਰੀ ਬੋਲਣਾ ਇੱਕ ਇਹ ਸ਼ਰਮ ਸਮਝੀ ਕਿ ਬੱਚੇ ਗੀ ਡੋਗਰੀ ਨਹੀਂ ਬੋਲਣੀ ਉਸੇ ਆਖਿਆ ਤੁਸੀਂ ਹਿੰਦੀ ਬੋਲੋ ਅਤੇ ਪਰ ਮੈਂ ਆਖਦੀ ਹਾਂ ਕਿ ਜੇਕਰ ਅਸ ਬੱਚੇ ਗੀ ਡੋਗਰੀ ਸਿਖਾਗੇ ਬੱਚੇ ਸਾਡੇ ਆਪਣੀ ਮਤਲਬ ਮਾਤਰ ਭੂਮੀ ਕਰ ਜੁੜੇ ਦੀ ਹੋਣ ਜੜੇ ਕਰਨ ਜੁੜੇ ਦਾ ਹੋਵੇ ਤਾਂ ਫਿਰ ਹੀ ਹੁੰਦਾ ਜੇਕਰ ਜੜੇ ਕੋਲ ਛੁਟਕੀ ਆ ਤਾਂ ਫਿਰ ਬੰਦੇ ਨੇ ਕੀ ਕਰਨਾ ਆਦੇ ਗੱਸ ਹੈਗਾ ਫਿਰ ਫਿਰਨੇ ਝੂਟੇ ਲੈਣ ਇਹ ਭਾਸ਼ਾ ਜਿਹੜੀ ਆਪਣੀ ਮਾਤਰ ਭਾਸ਼ਾ ਹੁੰਦੀ ਮੁਫਤ ਸਿਖਾਉਂਦੀ ਹੈ ਇਸੀ ਕੋਈ ਮੁੱਲ ਨਹੀਂ ਲੱਗਦਾ ਬਾਕੀ ਭਾਸ਼ਾ ਰੁਪਏ ਖਰਚੀਏ ਤੁਸੀਂ ਜਿਹੜੀ ਮਰਜ਼ੀ ਸਿੱਖ ਲਓ ਪਰ ਬਾਅਦ 'ਚ ਓਕੇ ਸਿੱਖਣ ਦੇ ਬਾਅਦ 'ਚ ਵਾਪਸ ਕੋਈ ਆਖਿਆ ਵੀ ਆਪਣੀ ਭਾਸ਼ਾ ਸਿੱਖਣਾ ਬੜਾ ਮੁਸ਼ਕਲ ਹੁੰਦੀ ਜਿਹੜੀ ਅਸੀਂ ਦਾਦੀ ਦਾਦੇ ਦੀ ਗੋਦੀ 'ਚ ਬਹੀਏ ਸਿੱਖਣੇ ਹਾਂ ਕਿਆ ਇਸ ਕੀ ਭੁੱਲਣਾ ਚਾਹੀਦਾ ਨਹੀਂ ਭੁੱਲਣਾ ਨਹੀਂ ਚਾਹੀਦਾ ਮੈਂ ਤੁਸੀਂ ਪਹਿਲੇ ਵੀ ਆਖਿਆ ਨਹੀਂ ਮਾਤਰ ਭਾਸ਼ਾ ਗੀ ਭੁੱਲਣਾ ਨਹੀਂ ਚਾਹੀਦਾ ਮੈਂ ਤੁਹਾਡੇ ਮਾਧਿਅਮ ਕਰਨੇ ਗਾ ਅਪੀਲ ਕਰਨੀ ਹਾਂ ਸਾਰੇ ਅੱਗੇ ਕਿ ਇਸ ਲਈ ਮਤਲਬ ਇੰਨਾ ਲੱਗਦਾ ਕਿ ਸਾਡੀ ਜਿਹੜੀ ਡੋਗਰੀ ਭਾਸ਼ਾ ਨਾ ਉਹ ਇਸ ਲਈ ਮਤਲਬ ਵੈਂਟੀਲੇਟਰ ਉੱਪਰ ਹੈ ਵੈਂਟੀਲੇਟਰ ਹੈ ਮੈਂ ਅਪੀਲ ਕਰਨੀ ਹੈ ਕਿ ਆਪਣੀ ਭਾਸ਼ਾ ਗੀ ਬਚਾਈ ਲਓ ਆਪਣਾ ਜਿਹੜਾ ਸਾਡਾ ਡੋਗਰਾ ਕਲਚਰ ਹੈ ਉਸੀ ਬਚਾਈ ਲਓ ਪੰਜੀ ਵਰੇ ਹੋਈ ਹੈ ਗਲੂਕੋਸ ਲਈ ਹੈ ਮੈਂ ਹਰ ਗ੍ਰਾਂ 'ਚ ਜਾਂਦੇ ਲੋਕਾਂ ਹੀ ਚਾੜਨੇ ਦਾ ਭਾਈ ਗੋਲੀ ਦੇ ਡੋਗਰੀ ਪਰ ਉਹ ਲੱਗਦਾ ਅਸਰਵਾ ਹਾਂ ਨਹੀਂ ਅਸਰਵਾ ਮੈਂ ਕਿ ਤੁਹਾਡਾ ਬਹੁਤ ਜ਼ਿਆਦਾ ਯੋਗਦਾਨ ਹੈ ਮੈਂ ਤੁਸੀਂ ਪਹਿਲੇ ਵੀ ਦੱਸਿਆ ਕਿ ਅਸੀਂ ਟੀ ਵੀ 'ਚ ਦਿਖਦੇ ਹੈ ਮਤਲਬ ਕਿ ਖਾਸ ਕਰ ਤੁਸੀਂ ਜਿਹੜੀ ਮਤਲਬ ਡੋਗਰੀ ਇੰਨੀ ਮਤਲਬ ਕਿ ਮਿੱਠੀ ਭਾਸ਼ਾ ਹੈ ਨਾ ਅਤੇ ਤੁਹਾਡੇ ਮੂੰਹੋਂ ਫਬਦੀ ਵੀ ਬੜੀ ਹੈ ਅਤੇ ਬੜੀ ਅੱਛੀ ਕਿ ਇਹ ਕਿ ਗ੍ਰਾਂ ਗ੍ਰਾਂ ਜੀ ਆ ਮਤਲਬ ਹੁਣ ਦੇਖਦੇ ਹਾਂ ਕਿ ਇੱਕ ਟੀ ਵੀ ਦੇ ਮਾਧਿਅਮ ਕਰਨੇ ਵੀ ਸਾਰੇ ਲੋਕ ਦਿਖਦੇ ਨੇ ਅਤੇ ਅੱਜ ਮਤਲਬ ਕਿ ਲੋਕ ਮਤਲਬ ਮੈਂ ਜਾਗਰੂਕ ਹੋਵਾ ਦੇਣਾ ਅਤੇ ਇਹਦੇ 'ਚ ਤੁਹਾਡਾ ਹੀ ਬੜਾ ਯੋਗਦਾਨ ਹੈ ਮੈਂ ਤੁਹਾਡਾ ਵੀ ਇੱਕ ਡੋਗਰ ਨਾਗਰਿਕ ਦੇ ਹੋਣੇ ਦੇ ਨਾਤੇ ਵੀ ਤੁਹਾਡਾ ਹੀ ਬੜਾ ਬੜਾ ਸ਼ੁਕਰੀਆ ਪਤਾ ਲੱਗਿਆ ਕਿ ਤੁਸੀਂ ਰਾਜਨੀਤੀ 'ਚ ਵੀ ਆਓ ਮਹਿਲਾ ਮੋਰਚੇ ਦੇ ਕੰਨੇ ਜੁੜਦੀ ਹੈ ਭਾਰਤੀ ਜਨਤਾ ਪਾਰਟੀ ਦੀਆਂ ਅਤੇ ਇੱਕ ਰਾਜਨੀਤਿਕ ਹੋਣੇ ਕੰਨੇ ਔਰ ਇੱਕ ਸਮਾਜਿਕ ਹੋਣੇ ਕੰਨੇ ਕੀ ਤੁਸੀਂ ਚਾਹੁੰਦੇ ਹੋ ਵੀ ਆਪਣੇ ਇਲਾਕੇ 'ਚ ਹੋਰ ਜਨਾਨੀਆਂ ਕਿ ਤੁਸੀਂ ਇਕੱਠਾ ਕਰੀਏ ਕੋਈ ਉਹਦੇ ਵਿੱਚ ਕੋਈ ਸਮੂਹ ਵਗੈਰਾ ਬਣਾਇਆ ਦਾ ਕੋਈ ਜਾਗਰੂਕ ਕੀਤਾ ਉਹਨੇ ਨਹੀਂ ਵੈਸੇ ਜਿਹੀਆਂ ਸਹਾਇਤਾ ਸਮੂਹ ਨੇ ਜਿਹੜੇ ਸੈਲਫ ਹੈਲਪ ਗਰੁੱਪ ਨੇ ਉਹ ਸਾਡੇ ਬਣੇ ਦੇ ਨਾ ਹੁਣ ਪਿੱਛੇ ਗਾ ਅਸੀਂ ਇੱਕ ਜੇ ਸਹਾਇਤਾ ਸਮੂਹ ਦੇ ਅਕਾਰਡਿੰਗ ਹੈ ਇੱਕ ਮਤਲਬ ਕਿ ਫਰਨੈਲ ਦਾ ਪ੍ਰੋਜੈਕਟ ਜਿਹੜਾ ਉਹ ਸ਼ੁਰੂ ਕੀਤਾ ਹੁਣ ਆਉਣ ਵਾਲੇ ਦਿਨਾਂ 'ਚ ਕਾਫੀ ਜਿਹੜੇ 4-5 ਪ੍ਰੋਜੈਕਟ ਹੋਰ ਜਿਹੜੇ ਲੱਗਣੇ ਨੇ ਇੱਥੇ ਕਿ ਥੋੜ੍ਹਾ ਜਿਹਾ ਮਤਲਬ ਕਿ ਜਨਾਨੀ ਵੀ ਜਾਗਰੂਕ ਆਏ ਅਤੇ ਸਿਰਫ ਮੈਂ ਭਾਸ਼ਣਬਾਜ਼ੀਆਂ ਕਰਨੇ ਨਹੀਂ ਜਦ ਤੱਕ ਅਸ ਮਤਲਬ ਕਿ ਕੋਈ ਠੋਸ ਕੰਮ ਨਹੀਂ ਦਿੰਦੇ ਚੇ ਜੀ ਆਖਦੇ ਵੀ ਜਨਾਨੀ ਕੰਮੇ ਲਾਏ ਰੱਖੋ ਤਾਂ ਖਰਾ ਨਹੀਂ ਤਾਂ ਘਰ ਕੁੰਡੇ ਖੜਕਦੇ ਨਹੀਂ ਜਨਾਨੀਆਂ ਅੱਜ ਤਾਂ ਐਸਾ ਹੈ ਕਿ ਮੈਨੂੰ ਲੱਗਦਾ ਕਿ ਹਰ ਔਰਤ ਨਾ ਆਪਣੀ ਸ਼ਮਤਾ ਦੇ ਅਨੁਸਾਰ ਜਿਹੜੀਆਂ ਕੋਈ ਪੜ੍ਹਦੀਆਂ ਨੇ ਜ਼ਿਆਦਾ ਪੜ੍ਹਦੀਆਂ ਨੇ ਉਹਨੇ ਉਸ ਮੁਤਾਬਿਕ ਕੋਈ ਜੋਬ ਕਰਨ ਜਿਹੜੀਆਂ ਵਿਚਾਰੀਆਂ ਘੱਟ ਨੇ ਪੜ੍ਹਦੀਆਂ ਨੇ ਉਹਨੇ ਉਸ ਮੁਤਾਬਕ ਮੈਨੂੰ ਲੱਗਦਾ ਕਿ ਹਰ ਆਪਣੇ ਆਪਣੇ ਲੈਵਲ ਦੇ ਮੁਤਾਬਿਕ ਹਰ ਮਹਿਲਾ ਦਾ ਇਹ ਰਹਿੰਦਾ ਕਿ ਮੇਰਾ ਮਤਲਬ ਕਿ ਆਪਣੇ ਘਰ ਵਾਲੇ ਕੰਨੇ ਥੋੜ੍ਹਾ ਜਿਹਾ ਮਤਲਬ ਪਰਿਵਾਰ ਕੀ ਉਹ ਕਰਨ ਵਾਸਤੇ ਇਨਕਮ ਵਾਸਤੇ ਥੋੜ੍ਹਾ ਸੋਰਸ ਹੋ ਕਰਾਂ ਅੱਜ ਦੀ ਮਹਿਲਾ ਮੈਨੂੰ ਲੱਗਦਾ ਕਿ ਸਾਰੀ ਸਕਸ਼ਮ ਹੈ ਐਸੇ 'ਚ ਬਿਲਕੁਲ ਸੱਚ ਗੱਲਾਂ ਕਰਦੇ ਨੇ ਦੋਸਤੋ ਕਿ ਅੱਜ ਦਾ ਸਮੇਂ ਉਹ ਆਈ ਆ ਜਿੰਨੇ ਘਰਾਂ ਦਾ ਜੀ ਅਗਰ ਉਨੇ ਕੁ ਕੰਮ ਕਰਨ ਤਾਂ ਤੰਗ ਘਰ ਚੱਲਦਾ ਸੱਚਮੁੱਚ ਉਹ ਪੁਰਾਣਾ ਵੇਲਾ ਹੈ ਕਿ ਔਰਤਾਂ ਹੀ ਸਿਰਫ ਚੁੱਲ੍ਹੀ ਚੌਂਕੇ ਦਾ ਉੱਪਰ ਗਿਆ ਰੱਖਦੇ ਹੈ ਕੁੜੀਆਂ ਅਗਰ 2-4 ਕਲਾਸਾਂ ਪੜ੍ਹਦੀਆਂ ਹਾਂ ਤਾਂ ਤੌਲੇ ਗਏ ਮਾਂ ਪਿਓ ਹੱਥ ਪੀਲੇ ਕਰੀਏ ਅਤੇ ਸੁਰਖਰੂ ਹੋ ਜਾਂਦੇ ਅੱਜ ਕੁੜੀਆਂ ਕੀ ਮੌਕਾ ਮਿਲਦਾ ਪੜ੍ਹਾਈ ਕਰੀਏ ਨੌਕਰੀ ਕਰਨ ਦਾ ਵੀ ਜਾਂ ਵਪਾਰ ਦੇ ਵਿੱਚ ਵੀ
ਅੱਜ ਕੱਲ੍ਹ ਸਟਾਰਟਅਪ ਗਰੁੱਪ ਜਿਹੜੇ ਸਾਡੀ ਸਰਕਾਰ ਨੇ ਚਲਾਏ ਨੇ ਜਾਂ ਸੈਲਫ ਹੈਲਪ ਗਰੁੱਪ ਦੀ ਗੱਲ ਚਲਾ ਕਰਦੇ, ਔਰ ਸੱਚ ਇਹ ਗਲਾ ਕਰਨੇ ਅਗਰ ਕੁੜੀਆਂ ਮੁੰਡੇ ਸਾਰੇ ਕੰਮ ਕਰਨਗੇ ਅਤੇ ਆਪਣਾ ਘਰ ਚਲਾਉਣ ਅਤੇ ਕੰਨੇ ਕੁੰਡੇ ਨਹੀਂ ਘਰਾਂ ਦੇ ਖੜਕਦੇ ਭਾਈ, ਨਹੀਂ ਤਾਂ ਮੇਰਾ ਪ੍ਰੋਗਰਾਮ ਤਾਂ ਹੈ ਕੁੰਡੇ ਖੜਕਾਉਣ ਵਾਲਾ, ਸੱਸੇ ਨੂੰਹਾਂ ਦਾ ਟਾਪਿਕ ਬਾਅਦ 'ਚ ਛੇੜਨੇ ਆ, ਅਤੇ ਪਹਿਲੇ ਇੱਕ ਸੋਹਣਾ ਜਿਹਾ ਗੀਤ ਹੋਰ ਸੁਣਨੇ ਉਹਦੇ ਕੋਲ, ਹੁਣ ਡੋਗਰੀ ਦਾ ਕਿਉਂਕਿ ਡੋਗਰੀ ਦੀ ਗੱਲ ਕਰਿਆ ਕਰਦੇ ਅਤੇ ਡੋਗਰੀ ਗੀਤ ਸੁਣਨੇ ਫਿਰ ਇੱਕ। ਗਲਾਨੀਆ ਸੱਚ ਵੋ ਮਾੜੇ ਬਾਂਕੂ ਦੇ ਆ ਚਾਚੂ ਆ, ਬਾਂਕੂ ਦੇ ਚਾਚੂ ਦਾ ਸਾਹਮਣੇ ਸੱਚ ਤਾਂ ਗਲਾਉਂਦੇ ਨੇ, ਫਿਰ ਅੱਜ ਦੇਖਣਾ ਇੱਕ ਮਾਂ ਬਜ਼ੁਰਗ ਹੈ ਬੈਠੀ ਸਾਡੇ ਸਾਹਮਣੇ ਵੀ ਸੱਚ ਗਲਾਉਂਦੀ ਹੈ ਕਿ ਨਹੀਂ ਗਲਾਉਂਦੀ ਹੈ। ਮਾਂ ਕੀ ਨਾਂ ਹੈ ਤੁਹਾਡਾ? ਸੱਤਿਆ ਦੇਵੀ। ਸੱਤਿਆ ਦੇਵੀ, ਸੱਤ ਹੈਣਾ ਜੀ, ਕੰਮ ਧੰਦਾ ਆਪੂ ਦਾ ਘਰਾਂ ਦਾ ਸਾਂਭੇ ਦਾ ਮਾਂ ਤਾਂ ਕਿ ਸੱਤ ਰਹਿੰਦਾ, ਕਰਦੀਆਂ ਘਰਾਂ ਦਾ ਕੰਮ ਜਾਂ? ਹਾਂਜੀ ਕਰਨੀ ਹੈ। ਜਾਂ ਖੱਟਾ ਪਰ ਬੈਠੇ ਧੋਵਾਦੀਆਂ? ਨਹੀਂ ਨਹੀਂ ਸਾਰੇ ਕੰਮ ਕਰਨੀ ਹੈ। ਸਾਰੇ ਕੰਮ ਕਰਦੀਆਂ ਕਿਉਂਕਿ ਕੰਮ ਆਪੂ ਕਰਨਾ ਪੈਂਦਾ ਬਜ਼ੁਰਗੀਆਂ, ਅੱਜ ਕੱਲ੍ਹ ਨੂੰਹਾਂ ਤਾਂ ਆਨੰਦ ਲੈਂਦੀਆਂ ਨੇ। ਨੂੰਹਾਂ ਵੀ ਕਰਦੀਆਂ, ਜੇਕਰ ਸਾੜਾ ਕਰਨੇ ਵਾਲਾ ਤਾਂ ਉਹ ਤਾਂ ਅਸਾਂ ਕਰਨਾ ਹੈ। ਉਹ ਸਵੇਰੇ ਚੌਂਕਾਂ ਤਾਂ ਆਖਦੀਆਂ ਬਈ ਬਜ਼ੁਰਗ ਸੰਭਾਲਣ ਅਤੇ ਬਾਕੀ ਦੁਪਹਿਰੀ ਹੁੰਦੇ 9 ਵਜੇ ਸੁੱਤੇ ਤੋਂ ਉੱਠੇ। ਹਾਂਜੀ ਹਾਂਜੀ, ਕਿਉਂਕਿ ਲਾੜੀਆਂ ਇਸ ਗੱਲਾਂ ਪਤਾ ਨਹੀਂ ਹੈ ਕਿ 5 ਜੱਗ ਕਰਨੇ ਹੁੰਦੇ ਸਵੇਰੇ, ਅਤੇ ਉਹ ਤਾਂ ਅਸੀਂ ਹੀ ਪਤਾ ਹੈ। ਹੁਣ ਅੱਜ ਅਸ ਨੂੰ ਹੀ ਸੁਣਾ ਕੇ ਤਾਂ ਕਰਨ ਨਾ। ਉਹ 5 ਜੱਗਾਂ ਦੀ ਗੱਲ ਕੀਤੀ ਜਾ, ਹਾਂਜੀ, ਤਾਂ ਜਿਹੜਾ ਉਹ ਜੱਗ ਹੁੰਦੇ ਨਾ ਉਹਦੇ 'ਚ ਬਾਕੀ ਤਾਂ ਠੀਕ ਹੈ, ਪਰ ਇੱਕ ਜੱਗ ਹੁੰਦਾ ਉਹ ਜਿਹੜਾ ਗਊ ਗਰਾਸ ਦੇ ਨਾਲ, ਅਤੇ ਗਊ ਗਰਾਸ ਵਾਲਾ ਜਿਹੜਾ ਟਾਈਮ ਹੁੰਦਾ ਉਹ ਟਾਈਮ ਤੋਂ ਅੱਜ ਕੱਲ੍ਹ ਦੀ ਜਨਾਨੀਆਂ ਸੁੱਤੀ ਦੀ ਨਹੀਂ ਹੁੰਦੀਆਂ, ਓਕਾ ਗਰਾਹ ਜਿਹੜਾ ਨਾ ਉਹ ਅੱਜ ਕੱਲ੍ਹ ਲਾੜੇ ਖਿਲਾਈ ਉੱਠਦੀਆਂ,
ਗੋਸੀ ਬਣਾਉਂਦੀਆਂ ਫਿਰ ਗੋਵਾਂਗਰ ਘਸੀਲ ਰਵੇ ਸਿਆਣੀਆਂ ਨਾਲ ਲਾੜੀਆਂ ਅੱਜ ਕੱਲ੍ਹ ਪੜੀ ਦੀਆਂ ਆਈਆਂ ਤੇ ਆਖਦੀਆਂ ਪਹਿਲਾਂ ਫੁਲਕਾ ਦੇ ਗਈ ਤੇ ਗੋਵਾ ਦਾ ਹੁੰਦਾ ਤੇ ਮੈਂ ਆਪਣੇ ਘਰ ਵਾਲੀ ਖਿਲਾ ਗਈ ਤੇ ਗੋ ਕੇ ਬਣਾਈ ਉੜ ਗਈ ਸੀ ਗੋ ਕੇ ਬਣੇ ਦੇ ਵਿਚਾਰੇ ਬੋਲੀ ਨਹੀਂ ਸਕਦੇ ਲਾੜੀਆਂ ਸੱਚ ਦੀ ਹਾਂ ਜੋ ਆਖਣ ਲਾੜੀਆਂ ਉਗਾ ਗਾ ਕਰਨਾ ਤੇ ਜਿਹੜਾ ਅਗਨੀ ਅਹੁਤੀ ਵਾਲਾ ਉਹ ਆਪੂ ਖਾਂਦੀ ਹੈ ਤੇ ਸਿਰ ਬੰਨੀ ਲੈਂਦੀ ਹੈ ਹਾਂਜੀ ਹਾਂਜੀ ਸਿਰ ਪੀੜ ਹੁੰਦੀ ਸਹੀ ਗੱਲ ਹੈ ਅਗਨੀ ਦੇ ਹਿੱਸੇ ਦੀ ਜਿਹੜੀ ਅਹੁਤੀ ਹੁੰਦੀ ਹੈ ਅਗਨੀ ਨਹੀਂ ਘੱਟ ਦਿੰਦੀ ਅੱਜ ਕੱਲ੍ਹ ਗੈਸਾਂ ਪਰ ਹੁੰਦੀ ਉੱਥੇ ਅਗਨੀ ਅਹੁਤੀ ਕਿੱਥੋਂ ਦੇਣੀ ਕਿੱਥੋਂ ਦੇਣੀ ਆ ਉਹਦਾ ਨਹੀਂ ਲੱਗਦੀ ਤੇ ਜਦ ਆਪੂ ਖਾਂਦੀ ਬੀਪੀ ਚੜੀ ਹੁੰਦਾ ਹਾਂਜੀ ਤੇ ਮਾਂ ਕੀ ਮਾਣਾ ਹੀ ਹੁੰਦਾ ਜਦ ਆਪਣਾ ਪੁਰਾਣਾ ਵੇਲਾ ਦੇਖਿਆ ਜਾ ਤੇ ਇਹਦੇ ਵਾਲਾ ਦੇਖਿਆ ਜਾ ਤੇ ਸਹੀ ਗੱਲ ਪਹਿਲਾ ਵੇਲਾ ਤੇ ਛੈਲ ਗਿਆ ਹਾਂ ਸਾਡੇ ਜ਼ਮਾਨੇ ਹੈ ਮੇਰੇ ਸਾਥ ਸਕਦੀਆਂ ਕਿ ਜਿੰਨੇ ਚੁੱਲ੍ਹੀ 'ਚ ਓਤ ਨਹੀਂ ਦੇਣੀ ਪਹਿਲਾਂ ਸੁੱਤੇ ਉੱਠਿਆ ਆਪਣੇ ਸੰਜ ਵੰਜ ਮਾਂਜਣੇ ਤਵਾ ਉੱਚਾ ਘਰੋੜਾ ਸਾਰਾ ਕੁਛ ਮਾਂਜਿਆ ਰੱਖਣਾ ਫਿਰ ਚੋਕੇ ਗਏ ਚੋਕਾ ਪਾਓ ਨਹੀਂ ਪਾਓ ਤੇ ਪਰੋਲਾ ਲੈ ਗਿਆ ਤੇ ਚੁੱਲ੍ਹੀ ਕੀ ਪਰੋਲਾ ਫੇਰਦੇ ਹੈ ਕਿ ਰਾਤੀ ਦੀ ਚੁੱਲ੍ਹ ਜੂਠੀ ਹੋ ਰਹੀ ਹੈ ਅਤੇ ਹੁਣ ਇਹ ਸੁੱਚੀ ਕਰਨੀ ਆ ਫਿਰ ਅਸੀਂ ਪਰੋਲਾ ਫੇਰਨਾ ਪਰੋਲਾ ਫੇਰੀ ਅਸੀਂ ਮਾਸਾ ਭੋਏ ਦੀ ਛੋੜਨੀ ਅਤੇ ਆਕਰ ਫਰੋਲਣੀ ਅਤੇ ਪੋ ਧੁਖਣਾ ਅਤੇ ਲੱਕੜੀਆਂ ਲਾਉਣੀਆਂ ਅੱਗ ਬਲੀ ਆਉਣੀ ਅੱਗ ਬਲਣੀ ਅਤੇ ਅਸੀਂ ਉਹਦੇ ਬਾਅਦ 'ਚ ਨਾਈ ਨੂੰ ਹੀ ਲੱਗਣਾ ਰਸੋਈ ਤੇ ਇਹ ਜਾਣ ਨਹੀਂ ਸੀ ਦਿੰਦੀ ਪਾਈਏ ਸੁੱਚੇ ਕੱਪੜੇ ਪਹਿਲਾਂ ਤੇ ਰਸੋਈ ਦੀ ਦੁੱਠ ਨਹੀਂ ਲੰਘਣ ਦਿੰਦੀਆਂ ਸੀਆਂ ਕਿ ਜਿੰਨੇ ਚਿਰ ਨਾਈ ਨਹੀਂ ਆਊਗੀ ਨਾਈ ਹੈਗੇ ਜਾਂਦੇ ਹੈ ਰਸੋਈ ਫਿਰ ਰਸੋਈ ਪਰੋਲਾ ਫੇਰਨਾ ਅੱਗ ਬਾਲਣੀ ਅਤੇ ਫਿਰ ਉਹਨੇ ਪੁੱਛੀ ਹੈਗਾ ਕਰਨਾ ਜੋ ਵੀ ਕਰਨਾ ਪੁੱਛਣਾ ਵਾਂ ਹੁਣ ਮੈਂ ਚਾਹ ਚਾੜਾਂ ਵਾਂ ਮੈਂ ਸਬਜ਼ੀ ਖੇਵਣਾ ਫਿਰ ਆਟਾ ਗੁੰਨਣ ਲਈ ਵੀ ਉਹਨੇ ਪੁੱਛਣਾ ਇੱਕ ਦੋ ਵਾਰੀ ਪੁੱਛਣਾ ਵੀ ਪਤਾ ਚਲੀ ਜਾਣਾ ਕਿ ਪਰਿਵਾਰ ਕਿੰਨਾ ਆ ਕਿੰਨਾ ਗੁੰਨਣਾ ਅਤੇ ਸਾਡੇ ਜ਼ਮਾਨੇ ਭਗਵਾਨ ਦੀ ਦਿਆ ਸੀ ਕਿ ਇੰਨੇ ਜੀਵ ਹੈ ਪਹਿਲਾਂ ਤੁਸੀਂ ਪਾ ਲੱਕੜੀ ਦੀਆਂ ਪਰਾਤਾਂ ਹੁੰਦੀਆਂ ਸੀਆਂ ਲੱਕੜੀ ਦੀਆਂ ਪਰਾਤਾਂ 'ਚ ਅਸੀਂ ਆਟਾ ਗੁੰਨਦੇ ਹਾਂ ਤਾਂ ਘੱਟ ਘੱਟ ਵੀ 5-7 ਕਿਲੋ ਆਟਾ ਮੈਂ ਇਕੱਠਾ ਗੁੰਨਦੀ ਸੀ ਅੱਜ ਇੰਨਾ ਪਰ ਆਟਾ ਗੁੰਨਦੀ ਹਾਂ ਤਾਂ ਵੀ ਆਖਦੇ ਹਾਂ ਮੰਮੀ ਵਿਹਲੇ ਹੋ ਤਾਂ ਲੈ ਹੋਏ ਗੁੰਨੀ ਉੜਿਓ ਪਰ ਉਹਨਾਂ ਦਿਨਾਂ ਮੰਮੀ ਕੀ ਨਹੀਂ ਆਖਦੇ ਕਿਉਂਕਿ ਸੱਸ ਕੋਲੋਂ ਬੜੇ ਡਰਦੇ ਹੈ ਅਤੇ ਸੱਸ ਮਾਂ ਗੀ ਕੰਮ ਉਹਨੇ ਦੱਸਣਾ ਹਾਂ ਇੰਨਾ ਗਾ ਪਹਿਲਾਂ ਗਾ ਸਰਦਾਨ ਟਲੋਈ ਜਾਂਦੇ ਸੀ ਦੇਖੀ ਹੈਗਾ ਜੇ ਉਹਦੀ ਛੋੜਦੇ ਹਾਂ ਤਾਂ ਬਸ ਹਾਂਜੀ ਹਾਂਜੀ ਉਹਨਾਂ ਦਿਨ ਹਾਂ ਉਹਨਾਂ ਦਿਨ ਅਸੀਂ ਸ਼ੈਲ ਬੇਹੀਆ ਉਹਨਾਂ ਦਿਨ ਰਸੋਈ ਦੀਆਂ ਉਡਲੀਆਂ ਹੁੰਦੀਆਂ ਸੀਆਂ ਅਤੇ ਉਹਦੇ ਉੱਪਰ ਬੇਹੀਆ ਅਤੇ ਦੋਨੇ ਹੱਥਾਂ ਆਟਾ ਗੁੰਨਣਾ ਜਿੰਨਾ ਚਿਰ ਸਫਾਈ ਨਹੀਂ ਆਵੇ ਮਾਂ ਨੇ ਆਖਣਾ ਛੋੜੀ ਛੋੜੀਆ ਆਟਾ ਗੁੰਨਿਆ ਦਿਖਿਆ ਮਾਂ ਤਾਂ ਝੱਟ ਗਿੱਲਾ ਕਰੀਏ ਛੋੜੀ ਦੀਆਂ ਛੋੜੀ ਛੋੜੀ ਗੁੰਨਿਆ ਜਿੰਨਾ ਚਿਰ ਸਫਾਈ ਨਹੀਂ ਆਊਗਾ ਆਟਾ ਜੇ ਉੱਪਰ ਫੱਟਾ ਦਾ ਹੋਊਗਾ ਇਹਦੇ ਫੁਲਕੇ ਨਹੀਂ ਬਣਾਉਣੇ ਜਿੰਨਾ ਚਿਰ ਸਫਾਈ ਆਊਗਾ ਨਹੀਂ ਸਫਾਈ ਆਊਗਾ ਅਤੇ ਉਹਦੇ ਫੁਲਕੇ ਪਕਾਈਆ ਖਿਲਾਇਆ ਅਸੀਂ ਗਏ ਅਸੀਂ ਆਟਾ ਛੜਕ ਗਿੱਲਾ ਕਰੀਏ ਨਹੀਂ ਮਾਂ ਤੁਸ ਗੱਲ ਕਰਿਆ ਕਰਦੇ ਵੀ ਸਵੇਰੇ ਕੁੱਕੜਾ ਦੀ ਗੰਗਾ ਉੱਠੀਏ ਨਾਈ ਧੋਈਏ ਸੁੱਚਮ ਕਰੀਏ ਅਤੇ ਤੁਸ ਚੌਂਕਾ ਜਾਂਦੇ ਸੀ ਅਤੇ ਅੰਨਪੂਰਨਾ ਦਾ ਵਾਸ ਹੁੰਦਾ ਹਾਂਜੀ ਕੋਈ ਪ੍ਰਾਹੁਣਾ ਵੀ ਆ ਜਾਂਦਾ ਫੱਕ ਨਹੀਂ ਜਾਂਦਾ ਨਹੀਂ ਕੀ ਜਾਣਾ ਅੱਜ ਕੱਲ੍ਹ ਦੋ ਦੋ ਜੀ ਨੇ ਘਰਾਂ ਦੇ ਅਤੇ ਲਾੜੀਆਂ 9 ਵਜੇ ਸੁੱਤੇ ਤੋਂ ਉੱਠਦੀਆਂ ਪਲ ਤਾਂ ਅੱਖਾਂ ਨਹੀਂ ਖੁੱਲਦੀਆਂ ਜੇ ਲਾੜਾ ਚਾਹੀਦਾ ਕੱਪ ਲਈਏ ਜਾਂ ਤਾਂ ਤਾਂ ਸੁੱਤੇ ਤੋਂ ਉੱਠਦੀਆਂ ਅਤੇ ਉਹ ਸੁੱਤੇ ਅੱਖਾਂ ਮਲਦੀ ਮਲਦੀ ਰਸੋਈ ਜਾਂਦੀ ਅਤੇ ਉਹ ਲੱਗੇ ਕਰਦਾ ਅੰਨਪੂਰਨਾ ਆਉਂਦੀ ਹੈ ਮਾਤਾ ਉੱਥੇ ਆਉਣੀ ਬਹੁ ਕੀ ਕਰਨਾ ਜਿਹਦਿਆ ਦਿਆ ਉਹ ਰੋਜ਼ ਚੜਦਾ ਮਾਂ ਕਦੇ ਖੋਇਆ ਕਿਸੇ ਜ਼ਮਾਨੇ ਦੀ ਗੱਲ ਨਾ ਨੂੰਹੇ ਖੋਇਆ ਕਦੇ ਨਹੀਂ ਤਾਂ ਆਖਣਾ ਕਿਆ ਨੂੰਹਾਂ ਆਸ ਅੱਗੇ ਗਏ ਇੰਨੇ ਚੰਡੇ ਹੈ ਸੱਸੂ ਸਹੁਰੇ ਦੇ ਅਤੇ ਆਸ ਕਿਆਂ ਆਖ ਚਾਉਣੇਗੇ ਹੁਣ ਨੂੰਹੇ ਦੇ ਚੰਡੋ ਇਹਦੇ ਹਾਂ ਹੁਣ ਬਈ ਨੂੰਹਾਂ ਚੰਡਦੀਆਂ ਅਤੇ ਉਹਾਂ ਆਸ ਨਹੀਂ ਹੀ ਬੋਲੀ ਸਕਦੇ ਸੱਸੂ ਸਹੁਰੇ ਅੱਗੇ ਸੱਚੀ ਕਿਹੜੀ ਗੱਲ ਛੜੀ ਕਜੀਚੀ ਬਟਾਉਂਦੀ ਮਾਂ ਬੁਲਾਉਂਦਾ ਨਹੀਂ ਕੱਖ ਹਾਂ ਕਜੀਚੀ ਵੀ ਨਹੀਂ ਵੱਟਦੇ ਉਹਦੀਆਂ ਆਖੀਆਂ ਅਸੀਂ ਜਿਵੇਂ ਆਖਦੇ ਹੈ ਨਾ ਅਸੀਂ ਕਿਵੇਂ ਨਾਲ ਹੀ ਲੱਗਦੀਆਂ ਸੀਆਂ ਕਦੇ ਰੋਹ ਨਹੀਂ ਕੀਤਾ ਸੱਸ ਮਾਂ ਜੇ ਕਦੇ ਆਖਰੀ ਨਾ ਅੱਬਲ ਤਾਂ ਅਸੀਂ ਮੌਕਾ ਗਣੀ ਦਿੱਤਾ ਜੀਆਂ ਤੁਹਾਡੀ ਸੱਸ ਮਾਂ ਨੇ ਤੁਹਾਨੂੰ ਸਮਝਾਇਆ ਇੰਨਾ ਕਿਹਾ ਤੁਸੀਂ ਆਪਣੀ ਧੀ ਸਮਝੇ ਨੂੰ ਕੀ ਸਮਝਾਈ ਸਕਦੇ ਹਾਂਜੀ ਸਮਝਾਇਆ ਸਮਝਾਇਆ ਮੈਂ 19 ਸਾਲਾਂ ਦੀ ਵੱਡੀ ਲਾੜੀ ਵਿਆਹੀ ਆਪਣੀ ਨੂੰ ਮੈਂ 19 ਸਾਲਾਂ ਦੀ ਵਿਆਹੀ ਕਿੰਨੇ ਵਜੇ ਉੱਠਦੀ ਹੈ ਵੱਡੀ ਉਹ ਜਿੰਨੇ ਵਜੇ ਵੀ ਉੱਠਦੀ ਉਹ ਪਰ ਉਸਨੇ ਕਿਸ਼ ਨਹੀਂ ਸਿਖਾਉਂਦਾ ਪਿੱਛੇ ਕਿ ਮਾਂ ਨੇ ਉਸੀ ਕਿਸ਼ ਵੀ ਨਹੀਂ ਸਿਖਾਉਂਦਾ ਕਿਉਂਕਿ ਉਹ ਨਿੱਕੀ ਵਿਆਹੀ ਸਕੂਲ ਪੜ੍ਹਦੀ ਸੀ ਅਤੇ ਜਦੋਂ ਮੈਂ ਵਿਆਹੀ ਹੈ ਤੇ ਸਾਰਾ ਕੁਛ ਮੈਂ ਆਣੀ ਬਿਲਕੁਲ ਸੱਚ ਦੱਸ ਦਿਨ ਪਹਿਲਾਂ ਧੀ ਬਣਾਈਏ ਰੱਖਿਆ ਜਾ ਤੇ ਸਭ ਕੁਛ ਹੁੰਦਾ ਦੋਸਤੋ ਗੱਲ ਸੱਚੀ ਹੈ ਅਗਰ ਨੂੰਹ ਘਰ ਚਾਹੀਦੀ ਹੈ
ਉਸੀ ਨੂੰ ਨਹੀਂ ਸਮਝਿਆ ਅਗਰ ਮਾਂ ਸੱਸ ਮਾਂ ਉਸੀ ਧੀ ਸਮਝਿਆ ਜੀਆਂ ਧਿਓ ਵੀ ਚੰਡਿਆ ਜਾਂਦਾ ਘਰ ਦੇ ਵਿੱਚ ਇਹਾਂ ਨੂੰ ਵੀ ਚੰਡੀ ਅਗਰ ਕੰਮ ਸਿਖਾਇਆ ਜਾ ਤਾਂ ਅੱਗੇ ਨੂੰ ਵੀ ਇਹ ਸਿੱਖਿਆ ਭਾਈ ਮੇਰੀ ਮਾਂ ਵੀ ਸਿਖਾ ਦੀ ਹੈ ਮੇਰੀ ਸੱਸ ਨਹੀਂ ਸਿਖਾ ਦੀ ਅਤੇ ਤਾਂ ਘਰ ਚੱਲਦਾ ਇਹ ਆਸਾ ਮਜ਼ਾਕ ਬਥੇਰਾ ਦੋਸਤੋ ਹੁਣ ਇੱਕ ਹੋਰ ਸੋਹਣਾ ਜਿਹਾ ਗੀਤ ਸੁਣਿਆ ਧੀ ਕੁ ਸਦਾ ਔਰ ਮੰਟ ਟੋਲੀ ਉਹਦੇ ਬਣਨ ਦੀ ਗੱਲ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨਾ ਮੱਲਾ ਤੂੰ ਲੋਕ ਭੰਨਣ ਠੀਕਰੀਆਂ ਬਦਾਮ ਭੰਨੇ ਤੂੰ। ਦੋਸਤੋ ਬੜਾ ਸੋਹਣਾ ਸਾਡਾ ਇਹ ਡੋਗਰੀ ਗੀਤ ਪਦਮਾ ਸੱਚ ਦੇਵ ਹੁੰਦਾ ਜਿਹੜਾ ਗੀਤ ਹੈ ਸਾਡੀ ਅਤੇ ਸਵਰੇ ਦੀ ਜਿਹੜੀ ਮਲਿਕਾ ਲਤਾ ਮੰਗੇਸ਼ਕਰ ਹੋਣੇ ਵੀ ਸਾਡੀ ਡੋਗਰੀ ਦਾ ਏਕਾ ਗੀਤ ਗਾਇਆ। ਬੜਾ ਸੋਹਣਾ ਸੁਰੀਲਾ ਗੀਤ ਹੈ। ਇਸ ਗੀਤਾਂ ਕੀ ਅੱਜ ਇੱਥੋਂ ਦੀ ਨਾਰਾ ਗੁਣਗੁਣਾ ਕਰਦੀ ਹਾਂ। ਇੱਕ ਬਜ਼ੁਰਗ ਮਾਤਾ ਬੈਠੀ ਦੀ ਉਹਦੇ ਕੰਨੇ ਗੱਲਬਾਤ ਕਰਨੇ ਆ। ਮਾਂ ਕੀ ਨਾਂ ਹੈ ਤੁਹਾਡਾ? ਵੈਸ਼ਨੋ। ਵੈਸ਼ਨੋ ਦੇਵੀ ਅਤੇ ਇੱਥੇ ਬਾਵੇ ਵਾਲੀ ਬੈਠੀ ਦੀ ਹੈ। ਵੈਸ਼ਨੋ ਬੜੀ ਦੂਰ ਹੈ ਮਾਂ? ਉਹ ਉਧਰ ਦਾ ਸੁਣਿਆ ਆਏ ਦੇ ਪਿਓਕੀ ਉਧਰ ਗਏ ਉਧਰ ਗਏ ਅੱਜ ਇੱਥੇ ਮਾਤਾ ਬਾਵੇ ਵਾਲੀ ਦਾ ਦਰਬਾਰ ਬੈਠੇ ਹੋ ਮਾਂ। ਇੱਕ ਗੱਲ ਪਤਾ ਲੱਗੀ ਹੈ ਕਿ ਤਰੇ ਪੀੜੀਆਂ ਤੋਂ ਇਕੱਠੀਆਂ ਆਵਾਜ਼ ਨੂੰ ਵੀ ਹੈ ਪੁੱਤਰ ਨੂੰ ਵੀ ਹੈ ਪਰ ਗੋਡੇ ਕਿਹੜੀ ਦਵਾਉਂਦੀ ਹੈ? ਤੰਦਰੁਸਤੀ ਰੱਖੀ ਦੀ ਮਾਂ। ਉਹ ਪੁਰਾਣਾ ਵੇਲਾ ਹਾ ਜਿਲ੍ਹਾ ਵਿਆਹ ਹੋਣਾ ਅਸ ਦਿਖਦੇ ਜਿਲ੍ਹਾ ਬਰਾਤ ਆਉਣੀ ਤੇ ਕੁੜੀਆਂ ਜਿਹੜੀਆਂ ਉਹ ਜੀਜੇ ਕਨੇ ਬੜਾ ਮਜ਼ਾਕ ਕਰਦੀਆਂ ਹਨ। ਐ ਚੇਤਾ ਸਿੱਠਣੀਆਂ ਦਾ
ਕਿਹੜਾ ਬੇਲਾ ਹੋ ਖਿਆਲ ਹੀ ਨਹੀਂ ਆ ਰਿਹਾ ਕਿਹੜਾ ਬੇਲਾ ਹੋ ਲੋਕ ਇੱਕ ਦੂਜੇ ਦੀ ਮਜ਼ਾਕ ਸਹਿ ਲੈਂਦੇ ਕੋਕਾ ਵੇਲਾ ਖਿਆਲ ਹੀ ਨਹੀਂ ਰਿਹਾ ਹੈਗਾ ਚੇਤਾ ਨਹੀਂ ਆ ਰਿਹਾ ਚੇਤਾ ਕੀ ਆ ਭੁੱਲੀ ਦਾ ਕਿ ਅਗਰ ਗੋਡੇ ਨਹੀਂ ਦਬਾਉਂਦੀਆਂ ਚੇਤਾ ਕਿੱਥੋਂ ਆਉਣਾ ਨਹੀਂ ਹੁਣ ਚੇਤਾ ਦਵਾਣੇ ਜਿਹੜੇ ਗੋਡੇ ਆਖਿਆ ਹੀ ਨਹੀਂ ਇਹਨੇ ਆਖਿਆ ਹੀ ਨਹੀਂ ਹੁੰਦਾ ਯਾਰ ਇਹਨੇ ਨਹੀਂ ਆਖਿਆ ਇਹਨੇ ਨਹੀਂ ਆਖਿਆ ਪਰ ਉਹ ਕਿੰਨਾ ਕੰਮ ਧੰਦਾ ਹੁੰਦਾ ਪੁਰਾਣਾ ਜ਼ਿਲ੍ਹਾ ਪੁਰਾਣਾ ਵੇਲਾ ਹਾ ਉਲਾ ਮਤਾ ਹਾ ਜਾਂ ਅੱਜ ਮਤਾ ਬੜਾ ਕੰਮ ਹੁੰਦਾ ਨਹੀਂ ਹੁਣ ਨਹੀਂ ਆਇਆ ਜਦੋਂ ਬੜਾ ਤੁਸੀਂ ਕੀ ਕੰਮ ਧੰਦੇ ਪਹਿਲੇ ਬੜਾ ਕੀ ਬਣਨਾ ਜ਼ਿੰਮੇਵਾਰੀਆਂ ਕੰਮ ਆ ਕਰਦੇ ਚੱਕੀਆਂ ਪੀਤੀਆਂ ਕਰੇ ਹਾਂ ਚੱਕੀਆਂ ਨਹੀਂ ਚੱਕੀਆਂ ਨਹੀਂ ਚਰਖੇ ਚਰਖੇ ਓਖਲੀ ਮਾਂ ਬੜਾ ਡਾਡਾ ਦੁੱਖ ਹੁੰਦਾ ਹੁਣ ਪਰ ਅੱਜ ਕੱਲ੍ਹ ਵਾਲੀ ਹੈ ਸੁਖਮਨ ਸੁੱਚ ਦਵਾਣਾ ਤੇ ਅੱਗ ਬਲੀ ਪਾਉਂਦੀ ਸੁੱਚ ਦਵਾਣਾ ਤੇ ਨਲਕੇ ਦਾ ਪਾਣੀ ਆ ਜਾਂਦਾ ਸੁੱਖ ਬਣੇ ਆ ਗੱਲ ਤੇ ਸੁੱਖ ਤੇ ਬਣਦੇ ਪਰ ਫਿਰ ਵੀ ਜਦੋਂ ਸਵੇਰੇ ਸੁੱਤੇ ਤੇ ਉੱਠੀ ਹੋਇਆ ਸਿਰ ਬੰਨਣ ਹੁੰਦਾ ਉਹ ਕੈਲੀ ਬਣਦੀਆਂ ਬਿਲਕੁਲ ਸੁਨਾ ਕਰਦੀਆਂ ਮਾਤਾ ਪਰ ਡਰਦੇ ਮਾਰੇ ਵਿਚਾਰੀ ਬੋਲਦੀ ਨੀ ਪੌਣ ਨੀ ਖੁੱਲੀ ਆਵਾ ਕਰਦਾ ਕਿਉਂਕਿ ਪੋਤਰਾ ਨੂੰ ਕੰਨੇ ਬੈਠੀ ਦੀ ਹੁਣ ਪੋਤਰਾ ਨੂੰ ਕੰਨੇ ਵੀ ਗੱਲ ਕਤ ਕਰਨੇ ਦੋਸਤੋ ਤੇ ਉਹਦੇ ਮਨ ਦੀ ਗੱਲ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨੇ ਕੀ ਨਾਂ ਜੀ ਤੁਹਾਡਾ ਮੇਰਾ ਲਵਲੀ ਸ਼ਰਮਾ ਲਵਲੀ ਨਾਂ ਤੇ ਬੜਾ ਪਿਆਰਾ ਪਰ ਲਵਲੀ ਕਿਹਾ ਸਹੁਰੀਆਂ ਵਾਸਤੇ ਵੀ ਹੈ ਜਾਂ ਪਿਓਕੀਆਂ ਵਾਸਤੇ ਵੀ ਉਹ ਸਹੁਰੀਆਂ ਹੀ ਪਤਾ ਹੋਣਾ ਹੁੰਦਾ ਤਾਂ ਇਹ ਹੈ ਕਿ ਨਹੀਂ ਹੈ ਆਪਣੀ ਤਰਫਾਂ ਦਾ ਆਪਣੀ ਤਰਫਾਂ ਤਾਂ ਪੂਰੀ ਕੋਸ਼ਿਸ਼ ਹੁੰਦੀ ਕਿ ਜਿੰਨਾ ਬੰਦਾ ਅੱਛਾ ਕਰੀ ਸਕੇ ਕਿਉਂਕਿ ਜਿੰਨਾ ਤੋਂ ਉਸ ਦੇਗੇ ਇੰਨਾ ਤੋਂ ਹੀ ਥੋੜਾ ਜਿੰਨਾ ਦੇਗੇ ਨਾ ਥੋੜਾ ਪਰ ਇੱਕ ਚੀਜ਼ ਹੋਰ ਵੀ ਹੈ ਜਿੰਨਾ ਰੋਹ ਦੇਗੇ ਹੋ ਹਾਂਜੀ ਇੰਨਾ ਰੋਹ ਵੀ ਥੋਂਦਾ ਤੇ ਉਹ ਤੇ ਚੱਲਦਾ ਉਹ ਤੇ ਘਰ ਆਪਣੀ ਮਾਂ ਕੰਨੇ ਵੀ ਚੱਲਦਾ ਇੱਕ ਗੱਲ ਖਾਸ ਕਰੀਏ ਹੁਣ ਮੈਂ ਦਿਲ ਮਾਂ ਦੀ ਗੱਲ ਕੀਤੀ ਹਾਂਜੀ ਮਾਂ ਦਾ ਸਾਹਮਣਾ ਬੱਚੀ ਦੀ ਕੋਈ ਗਲਤੀ ਹੋਈ ਆ ਮਾਂ ਚੰਡ ਧੱਫੇ ਮਾਰਿਆ ਮਨਾ ਹੀ ਕੱਖ ਨਹੀਂ ਹੁੰਦਾ ਸੱਸ ਇੱਕ ਘਰਾਖੀ ਚਾਰਿਆ ਤੇ ਸੂਲ ਕੀ ਲੱਗਦੀ ਭਲਾ ਨਹੀਂ ਉਹ ਦੇਖੋ ਅਗਰ ਮਾਂ ਵੀ ਅਗਰ ਗੱਲ ਆਖਾ ਦੇਣ ਤੇ ਐਸਾ ਨਹੀਂ ਹੁੰਦਾ ਕਿ ਮਾਂ ਬੱਚੇ ਕੀ ਫੀਲ ਨਹੀਂ ਹੁੰਦਾ ਜਾਂ ਕੁਛ ਨਹੀਂ ਹੁੰਦਾ ਉਹ ਓਲੇ ਵੀ ਫੀਲ ਹੁੰਦਾ ਓਲੇ ਵੀ ਲੱਗਦਾ ਕਿ ਹਾਂ ਕਿ ਡਾਂਟ ਪਈ ਹੈ ਓਲੇ ਵੀ ਬੰਦਾ ਰੋਂਦਾ ਅਗਰ ਸੱਸ ਆਖਰੀਏ ਜਾਂ ਮਾਂ ਬਰੋਬਰੀਏ ਮੈਂ ਤਾਂ ਕਦੇ ਸੱਸ ਆਖਿਆ ਹੀ ਨਹੀਂ ਮਤਲਬ ਮਾਂ ਮੰਮੀ ਆਖਨੇ ਆ ਜਾਂ ਮਾਂ ਗੇ ਆਖਨੇ ਹੁੰਦੇ ਆ ਅਤੇ ਮਤਲਬ ਉਹ ਜਾਂ ਸਮਝਿਆ ਗਿਆ ਨਹੀਂ ਕਦੇ ਮਤਲਬ ਮੇਰਾ ਤਾਂ ਉਹ ਸਵਾ ਹੈ ਕਿ ਆਪਣੀ ਸਾਰੀ ਗੱਲ ਸੁਣਾਉਣੀ ਹੁੰਦੀ ਹੁਣ ਮਾਂ ਆ ਗਈ ਹੈ ਸੁਣਾਉਣੀ ਸਭ ਤੋਂ ਪਹਿਲੇ ਅਤੇ ਉਹ ਮੰਮੀ ਹੁਣ ਫੜੇ ਦੇ ਜੋ ਗੱਲ ਹੋਏ ਉਹ ਪਹਿਲੇ ਮੰਮੀ ਹੀ ਸੁਣਾਉਣੀ ਹੁੰਦੀ ਮਤਲਬ ਸਵੇਰਾ ਜੀਆਂ ਉੱਠੀ ਹੈ ਕੰਮ ਧੰਦਾ ਕਰਨਾ ਅਤੇ ਫਟਾਫਟ ਗਏ ਮੰਮੀ ਤੁਹਾਡੇ ਹੱਥੇ ਦਾ ਸਵਾਦ ਬੜਾ ਹੁੰਦਾ ਤੁਸੀਂ ਬਣਾਓ ਨਹੀਂ ਜੋ ਚੀਜ਼ ਹੁੰਦੀ ਅੱਛੀ ਲੱਗਦੀ ਆ ਉਹ ਵੀ ਲੇਕਿਨ ਆਪਣਾ ਕੰਮ ਕਰਨਾ ਹੁਣ ਬੱਚੇ ਵੀ ਹਨ ਪਹਿਲੇ ਬੱਚੇ ਹੀ ਦੇਖੋ ਫਿਰ ਸਾਰਾ ਕਰਨਾ ਪੈਂਦਾ ਬੱਚੇ ਅਗਰ ਦਾਦੀ ਦੀ ਗੋਦੀ ਪਾਈ ਲਓ ਤਾਂ ਆਪੋ ਕੰਮ ਕਰੋ ਤੇ ਉਹ ਨਹੀਂ ਮਜ਼ਾ ਹਾਂ ਤੇ ਉਹ ਕਰਨੇ ਹੁੰਨੇ ਆ ਬੱਚੇ ਤਾਂ ਦੇ ਆਖਿਆ ਮੈਂ ਦਾਦੀ ਦਾਦੀ ਹੁੰਦੇ ਬੱਚੇ ਸਾਹਮਣੇ ਦਾ ਹੈ ਤੇ ਅਸ ਕੰਮ ਕਰਨੇ ਦਾ ਹੈ ਤੇ ਉਸ ਫੜੋ ਬੱਚੇ ਹੀ ਤੇ ਪਹਿਲੇ ਥੋੜਾ ਬਹੁਤਾ ਉਹਨੇ ਹੀ ਕਰੀ ਕੁਰੀ ਹੈ ਉਹਨੇ ਹੀ ਫੜਕਾਈ ਨਾ ਆਪੇ ਕਰੋ ਕੰਮ ਜਿੰਨਾ ਕਰਨਾ ਪੁਰਾਣੇ ਬਜ਼ੁਰਗ ਆਖਦੇ ਭਈ ਵੱਡੇ ਦੀ ਸੇਵਾ ਕਰਨੀ ਚਾਹੀਦੀ ਮੇਵਾ ਮਿਲਦਾ ਹਾਂਜੀ ਕਦੇ ਕੀਤੀ ਹਾਂ ਕਰਨੇ ਆ ਜੋਲੇ ਟਾਈਮ ਲੱਗੇ ਥੋੜਾ ਬਹੁਤਾ ਜਦ ਦਾਗ ਨਹੀਂ ਲੱਗਾ ਤਾਂ ਜੀ ਨਹੀਂ ਨਹੀਂ ਉਹ ਨਹੀਂ ਹੈ ਨਹੀਂ ਜੋਲੇ ਕੱਲਾ ਲਈ ਆਖਦੀ ਹੈ ਇੱਕ ਵਾਰੀ ਹੱਥ ਆ ਜਾ ਹੋਇਆ ਸਹੀ ਨਹੀਂ ਲੱਤੇ ਕੋਲ ਇੱਥੇ ਪੁੱਜ ਗਿਆ ਉਹ ਕੜਾ ਵਾਲਾ ਕੰਮ ਹੈ ਨਹੀਂ ਹੈ ਬਾਈ ਦਵਾਣੇ ਵਾਲਾ ਤਾਂ ਨਹੀਂ ਆਖਦੀ ਜਗ ਲਈ ਭਈ ਜੇ ਲੱਤੇ ਕੋਲ ਸ਼ੁਰੂ ਹੋਣ ਕੋ ਤਾਂ ਉੱਪਰ ਨਹੀਂ ਆਈ ਨਹੀਂ ਨਹੀਂ ਉਹ ਨਹੀਂ ਹੈ ਨਹੀਂ ਨਹੀਂ ਉਹ ਇੱਕ ਚੀਜ਼ ਹੈ ਖਾਸ ਕਰੀਏ ਨਵੀਂ ਪੀੜ੍ਹੀ ਕੋਲ ਮੈਂ ਪੁੱਛਣਾ ਚਾਹੁੰਦਾ ਭਈ ਜਿਹੜੇ ਪੁਰਾਣੇ ਬਜ਼ੁਰਗ ਹੈ ਉਹਨੇ ਵੀ ਬੜਾ ਚਾਅ ਹੁੰਦਾ ਜਿਹੜਾ ਪੁੱਤਰ ਵਿਆਹੋ ਹਾਂਜੀ ਤੇ ਮਿਲਣੀ ਕਰੋ ਮਿਲਣੀ ਦੇ ਵਿੱਚ ਝੁਮਕੀਆਂ ਥੋਂਦੀਆਂ ਚਮਕੀਆਂ ਲਈ ਹੈ ਤੇ ਫਿਰ ਕਿੰਨਾ ਚਿਰ ਤੱਕ ਗਾ ਸੱਸੂ ਕੋਲ ਰਹਿੰਦੀਆਂ ਜਿੰਨੇ ਚਿਰ ਤੱਕ ਕੋ ਰੱਖਣ ਆਪਣੇ ਕੋਲ ਨਾ ਜਿੰਨੇ ਚਿਰ ਤੱਕ ਕੁੰਡਾ ਨਹੀਂ ਖੜਕਿਆ ਨਹੀਂ ਤਾਂ ਫਿਰ ਇਹਾਂ ਉਂਗਲੀ ਪਾਈ ਖੋਈ ਲੈਂਦੀਆਂ ਨਹੀਂ 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 ਨਹੀਂ
ਉਕੜਾ ਕੰਮ ਨਹੀਂ ਹੁੰਦਾ, ਉਹ ਆਪਣੇ ਆਪਣੇ ਸਵਾਦ ਅਲੱਗ ਅਲੱਗ ਹੁੰਦਾ। ਲੇਕਿਨ ਮਤਲਬ ਮੈਂ ਉਹਨੂੰ ਆਖਾਂ, ਸਾਡੇ ਮਤਲਬ ਮੰਮਾ ਗਏ ਸਾਰਾ ਕੁਛ ਕਰਦੇ ਨੇ, ਮੰਮੀ ਕੋਲ ਗਿਆ ਸਭ ਕੁਛ, ਆਏ ਤਾਂ ਉਕੜਾ ਕੰਮ ਕਿੱਤਾ ਨਹੀਂ ਕਰਦੇ ਬਾਈ, ਹੁਣ ਜਿਹੜਾ ਕਰਦਾ ਇੱਕ ਜੀਆਂ ਹੁਣ ਤੁਸੀਂ ਵੀ ਮਾਂ ਹਾਂ, ਬੱਚੇ ਕਿੰਨੇ ਕਿੰਨਾ ਲਾਡ ਕਰਾ ਦੀਆਂ। ਹਾਂਜੀ ਹਾਂ, ਉਹ ਤਾਂ ਕਿੰਨੇ ਲਾਡੇ ਕਿੰਨੇ ਬੱਚੇ ਪਾਲਾ ਦੀਆਂ, ਔਰ ਇੱਕ ਮਾਂ ਉਹ ਵੀ ਹੈ ਜਿਹਨੇ ਲਾਡੇ ਕਿੰਨੇ ਬੱਚਾ ਪਾਲੀਏ, ਪਲੇ ਪਲਾਏ ਦਾ ਬੱਚਾ ਸਾਨੂੰ ਦੇ ਰਿਹਾ, ਤੁਹਾਨੂੰ ਦੇ ਰਿਹਾ। ਅਤੇ ਜੇ ਅੱਜ ਅਸੀਂ ਦੇਖਦੇ ਹਾਂ ਬਿੰਦਾਰੀ ਖੁੰਦ ਘੁੰਦੀ ਤੋਂ ਪਲੇ ਪਲਾਏ ਦਾ ਬੱਚਾ ਲਈ ਹੈ, ਉਂਗਲੀ ਲਾਈਏ ਤਾਂ ਬੱਖ ਚੁੱਲ੍ਹਾ ਬਾਲਦੀਆਂ, ਉੱਲਾ ਉਸ ਮਾਂ ਪਰ ਕੀ ਹੁੰਦਾ, ਜਾਂ ਕੱਲ੍ਹ ਕਿ ਤੁਸੀਂ ਜਿਹੜਾ ਪਾਲਾ ਦਿਓ ਉਹ ਐਸਾ ਵਕਤ ਆਊਟ ਕਿਹਨੇ ਆਉਂਦਾ। ਨਹੀਂ ਉਹ ਦੇਖੋ ਮਤਲਬ ਹਾਲੇ ਤੱਕ ਤਾਂ ਸਾਡਾ ਅਸ ਤਾਂ ਮਤਲਬ ਜੁਆਇੰਟ ਫੈਮਿਲੀ 'ਚ ਹਾਂ, ਅਸੀਂ ਤਾਂ ਕੀਤਾ ਨਹੀਂ ਬਾਈ ਹਾਲੇ ਤੱਕ ਹੈ ਉਕੜਾ। ਔਰ ਅਗਰ ਜਿਹੜਾ ਕਰ ਜਲੇ ਜੋ ਵੀ ਕਰਦੇ ਹੋਣਗੇ ਮਤਲਬ ਉਹਨੇ ਉਹ ਫਿਰ ਹੁੰਦਾ ਆਪਣਾ, ਉਹ ਆਖਣਾ ਨਾ ਕਿ ਘਰ ਦਾ ਮੋਲ ਹੁੰਦਾ, ਇਹ ਨਹੀਂ ਹੁੰਦਾ ਤਾਲੀ ਦੋਨੋਂ ਹੱਥੋਂ ਵੱਜਦੀ ਹੈ ਜਲੇ ਵੀ ਜੋ ਵੀ ਕੁਛ ਹੁੰਦਾ, ਲੇਕਿਨ ਇਹ ਗੱਲ ਹੈ ਕਿ ਆਪਣੇ ਆਪਣੇ ਸਵਾਦ ਆ, ਘਰ ਦਾ ਮੋਲ ਹੁੰਦਾ, ਉਹ ਸਿਸਟਮ। ਜਿਹੜਾ ਪੁੱਤਰਾਂ ਦੀ ਗੱਲ ਆਈ ਤਾਂ ਜਿਹੜਾ ਗੋਦੀ ਵਾਲਾ ਆਪੂ ਰੋਣ ਲੱਗੀ ਪਿਆ, ਆਖਿਆ ਮੇਰੀ ਵੀ ਵਾਰੀ ਆਉਣੀ ਹੈ, ਜੇ ਤੁਸ ਆਪਣਾ ਬੱਕ ਚ ਲੱਗ ਗਏ ਤਾਂ ਪਿੱਛੋਂ ਰੋਈਏ ਤੇ ਗੋਦੀ ਚ ਆਇਆ। ਉਹ ਤੇ ਹੈਗਾ, ਹੁਣ ਦੇਖੋ ਅਗਰ ਆਹੇ ਆਪਣੇ ਮਾਂ ਪਿਓ ਕੀ ਉਹ ਕੁਛ ਕਰਦੇ ਦੇਖੇ ਦਾ, ਅਸ ਸ਼ਾਇਦ ਅਸ ਵੀ ਹੋਏ ਬਣਿਆ ਚ, ਹੁਣ ਅਗਰ ਅਸੀਂ ਕੇਸ਼ ਕਰ ਗਏ ਤਾਂ ਸਾਡੇ ਬੱਚੇ ਸਾਨੂੰ ਦੇਖਣਾ, ਉਹਨੇ ਵੀ ਉਹ ਕੁਛ ਕਰਨਾ। ਇਹ ਹੁੰਦਾ ਕਿ ਜੀਆਂ ਤੋਂ ਆਪਣੀ ਫੈਮਿਲੀ 'ਚ ਦਿਖੇ ਦਾ ਹੋਇਆ ਸਭ ਕੁਛ, ਨਾ ਅਸੀਂ ਆਪਣੀ ਮਾਂ ਗੀ ਦਿਖੇ ਦਾ, ਸੱਸ ਦੀ ਸੇਵਾ ਕਰਦੇ, ਮੇਰੀ ਥੋੜ੍ਹੇ ਦਾਦੀ ਗੀ ਥੋੜ੍ਹਾ ਜਿਹਾ ਅਸਥਮਾ ਦਾ ਪ੍ਰੋਬਲਮ ਹਾਂ, ਬੜਾ ਉਹਨੇ ਗੀ ਮਤਲਬ ਕਿ ਰੱਖਣਾ ਪਾਉਂਦਾ ਹਾਂ, ਥੋੜ੍ਹਾ ਜਿਹਾ ਉਹਨੇ ਗੀ ਹੋਰ ਵੀ ਪ੍ਰੋਬਲਮ ਸੀਆਂ, ਅਤੇ ਉਹਨੇ ਗੀ ਸੈਟਲ, ਅਸੀਂ ਆਪਣੀ ਮਾਂ ਗੀ ਦਿਖ ਰਿਹਾ, ਅਸੀਂ ਉਸ ਕੋਸ਼ਿਸ਼ ਕਰਨੇ ਹਾਂ ਕਿ ਮਾਂ ਦੇ ਥੋੜ੍ਹਾ ਰੱਖਿਓ ਕਿ ਜੇ ਉਹ ਬੱਚਾ ਮਾਂ ਦਾ ਪਾਲੇ ਦਾ ਮਾਂ ਕੋਲ ਨਿਕਲ ਆਵੇ ਤਾਂ ਇਹ ਗੋਦੀ ਜਿਹੜਾ ਬੈਠਦਾ ਇਹਨੂੰ ਵੀ ਥੋੜ੍ਹਾ ਕੰਨੇ ਰੋਣਾ ਦੇਦਾ, ਇਹਨੂੰ ਵੀ ਉਂਗਲੀ ਲਾਈ ਹੈ, ਬਾਕੀ ਜਾਣਾ ਸਹੀ ਮੌਕੇ ਪਰ ਰੋਇਆ ਬੱਚਾ। ਬਿਲਕੁਲ ਦੋਸਤੋ, ਸੱਚ ਗਲਾ ਕਰਨੇ ਆ ਕਿ ਛੋਟਾ ਬੱਚਾ ਭਗਵਾਨ ਦਾ ਰੂਪ ਹੁੰਦਾ, ਜਿਲ੍ਹਾ ਬੱਚੇ ਦੀ ਗੱਲ ਆਈ ਭਾਈ ਹੁਣ ਪਲੇ ਪਲਾਏ ਦਾ ਪੁੱਤਰ ਅੱਜ ਕੱਲ੍ਹ ਲਈਏ ਨੂੰਹਾਂ ਵੱਖ ਹੋਈ ਨਹੀਂ, ਮਾਂ ਪਿਓ ਵੀ ਛੱਡੀਏ, ਅਤੇ ਦੂਆ ਬੱਚਾ ਜਿਹੜਾ ਗੋਦੀ 'ਚ ਉਹ ਵੀ ਕਰ ਲਾਇਆ, ਉਹ ਵੀ ਮਾਂ ਦੀ ਗੋਦੀ 'ਚ ਆਇਆ, ਆਖਾ ਵੀ ਦੇਖੀ ਲਾਇਓ। ਇਹ ਗੱਲਬਾਤ ਦਾ ਸਿਰਿਸ਼ਤਾ ਦੋਸਤੋ, ਮਜ਼ਾਕ ਅਸੀਂ 50 ਗੱਲਾਂ ਕਰਨੇ ਆ, ਭਾਈ ਸੱਚਾਈ ਹੈ ਜ਼ਮਾਨੇ ਦੀ, ਇਹ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨੇ ਆ। ਅਤੇ ਹੁਣ ਸਾਡੀ ਸੰਸਕ੍ਰਿਤੀ ਦੇ ਵਿੱਚ ਹੁੰਦੇ ਉੱਤਮ ਅਚੜੇ, ਜਿਲ੍ਹਾ ਵਿਆਹ ਚੱਲੀ ਜਾਣਾ, ਬਰਾਤਾਂ ਚੱਲੀ ਜਾਂਦੇ, ਮਾਨੂੰ ਜਿਹੜੇ ਘਰਾਂ ਦੇ ਮਰਦ ਹੁੰਦੇ ਹੈ, ਅਤੇ ਜਨਾਨੀ ਪਿੱਛੇ ਉੱਤਮ ਅਚੜਾ ਪਾਉਂਦੀਆਂ, ਇੱਕ ਉਹ ਗੀਤ ਅਸੀਂ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਨੇ। ਫਿਰਨੀਆਂ ਚਾਰ ਚਫੇਰੇ,
ਬੰਨੀ ਤੇ ਬਨੇਰੇ ਕੁੰਡਾ ਮੇਰਾ ਕੁੰਡ ਖੜਕਾਇਆ। ਦੋਸਤੋ ਕੁੰਡਾ ਕਿਸੇ ਨੇ ਨਹੀਂ ਖੜਕਾਇਆ, ਪਰ ਜਿਹੜੀ ਨਾਰਾ ਨੱਚਾ ਕਰਦੇ ਆ ਉਹਦੇ ਕੰਨੇ ਗੱਲ ਕੱਥ ਕਰਨੇ ਆ, ਇਹ ਜਿਹੜੀ ਨੱਚਾ ਨਹੀਂ ਜਾਂਦੇ ਗੱਲ ਕੱਥ ਕਰਨੇ ਦੀ ਕੋਸ਼ਿਸ਼ ਕਰਨੇ ਆ। ਕੀ ਨਾਂ ਜੀ ਤੁਹਾਡਾ? ਭਾਰਤੀ। ਭਾਰਤੀ ਸਗੋਤਰਾ। ਭਾਰਤੀ ਸਗੋਤਰਾ ਨੱਚਣੀਆਂ ਪਹਿਲੇ ਫਿਰਨੀਆਂ ਚਾਰ ਚਫੇਰੇ ਬੰਨੀ ਤੇ ਬਨੇਰੇ ਕੁੰਡਾ ਮੇਰਾ ਕੁੰਡ ਖੜਕਾਇਆ। ਇੱਕ ਮੇਰਾ ਪੁੱਤਰ ਪਰਦੇਸੀ, ਦੂਆ ਇਸ ਨੂੰਹਾਂ ਨੇ ਸਤਾਇਆ। ਜਿਹੜਾ ਨੂੰਹਾਂ ਨੇ ਸਤਾਇਆ ਤਾਂ ਸਿਰ ਇੱਥੇ ਲਾਉਣਾ ਪਾਉਂਦਾ। ਕੀ ਆਖਦੀਆਂ ਜਕਲ ਵਾਲੀਆਂ ਨੂੰਹਾਂ ਕਿਉਂ ਸਤਾਉਂਦੀਆਂ ਸੱਸਰੀਆਂ? ਪਹਿਲੇ ਸੁਣਾਇਆ। ਨਹੀਂ ਬਿਲਕੁਲ ਨਹੀਂ ਸਤਾਉਂਦੀਆਂ। ਫਿਰ ਗੀਤ ਕੀ ਬਣਿਆ? ਗੀਤ ਪਹਿਲੇ ਸਤਾਉਂਦੀ ਹੋਣੀ, ਹੱਸਦੇ ਨਹੀਂ ਸਤਾਉਂਦੇ ਆ। ਅੱਜ ਵਾਲੇ ਕੀ ਕਰਦੀਆਂ? ਠੱਗ ਜਾਂਦੀਆਂ, ਪੜ੍ਹੀ ਲਿਖਦੀਆਂ ਇਹਦੀਆਂ। ਅੱਜ ਵਾਲੀ ਆਖੇ ਸਤਾਉਣਾ ਨਹੀਂ ਪਿੰਦਰ ਜੀ, ਬੋਲ ਤੋਂ ਕੱਢ ਮੂੰਹਾਂ ਦਾ ਥਾਣੇ ਟਿਕਾਈ ਉੱਠਦੀਆਂ। ਨਹੀਂ ਨਹੀਂ ਐਸਾ ਕੁਛ ਨਹੀਂ ਹੈ, ਪਹਿਲੇ ਦਾ ਟਾਈਮ ਤਾਂ ਪਤਾ ਨਹੀਂ ਕਿਹਾ, ਲੇਕਿਨ ਅੱਜ ਐਸਾ ਕੁਛ ਨਹੀਂ ਹੈ। ਅੱਜ ਸੱਸ ਵੀ ਬੜੇ ਪਿਆਰ ਕਰਨੇ ਸਮਝਾਉਂਦੀ ਹੈ ਨੂੰਹ ਦੀ, ਔਰ ਨੂੰਹ ਵੀ ਸੱਸ ਦੀ ਸੁਣਦੀ ਹੈ। ਸੱਸ ਦਾ ਫਰਜ਼ ਹੈ ਪਿਆਰ ਕਰਨੇ ਸਮਝਾਉਣਾ। ਬਿਲਕੁਲ, ਉਹਨੇ ਕੀ ਡਰ ਲੱਗਦਾ ਪੜ੍ਹੀ ਲਿਖੀ ਦੀਆਂ ਜੇ ਪਿਆਰ ਕਰਨੇ ਨਹੀਂ ਮੈਂ ਬੋਲਾਂਗੇ ਤਾਂ ਪੀ ਨਹੀਂ। ਫਿਰ ਮਾਂ ਸਮਝੀ ਹੈ ਕਿ ਜਿੰਨਾ ਘਰ ਮਾਂ ਵੀ ਡਾਂਟਦੀ ਹੈ ਹੀ, ਅਤੇ ਮਾਂ ਸਮਝੀ ਹੈ, ਫਿਰ ਬਸ ਨੂੰਹ ਨੇ ਵੀ ਤੀ ਸਮਝੀ ਹੈ। ਪਰ ਸਮਝਦੀ ਕੀ ਨਹੀਂ ਸਮਝਦੀ ਹੈ ਨਾ, ਮੈਨੂੰ ਬੜੇ ਧੁੱਪੇ ਦੀਆਂ ਘੱਟ ਲੱਗਦੀਆਂ। ਚਲੇ ਐਸਾ ਹੈ ਨਾ ਸਾਡੇ ਬਾਬ ਵਿੱਚ ਜ਼ਿਆਦਾਤਰ ਕਿ ਘਰ ਮੈਕਸੀਮਮ ਠੀਕ ਹੈ ਨਾ, ਚਲਾ ਦੇ ਸੱਸ ਸਮਝਾਉਂਦੀਆਂ ਨਾ ਔਰ ਨੂੰਹਾਂ ਸੁਣਦੀਆਂ ਵੀ ਹੈ। ਇੱਕ ਚੀਜ਼ ਹੋਰ ਤੁਹਾਡੇ ਕੋਲ ਅੱਜ ਆਖਦੇ ਵੀ ਜਾਗਤੇ ਅਤੇ ਕੁੜੀਆਂ 'ਚ ਕੋਈ ਫਰਕ ਨਹੀਂ ਹੈ? ਹਾਂਜੀ, ਹਰ ਇੱਕ ਨੌਕਰੀ ਕਰਾ ਕਰਦੇ ਨੇ, ਕੁੜੀਆਂ ਵੀ ਕਰਾ ਕਰਦੇ ਨੇ, ਜਾਗਤ ਵੀ ਨੌਕਰੀ ਕਰਾ ਕਰਦੇ ਨੇ। ਅਤੇ ਕਿਆ ਹੁਣ ਅੱਜ ਦੀ ਕੁੜੀਆਂ ਇੱਦੀ ਆਖਦੀਆਂ ਵੀ ਇਹ ਘਰਾਂ ਦਾ ਕੰਮ ਹੁੰਦਾ ਅਤੇ ਘਰ ਵਾਲਾ ਜਿਹੜਾ ਉਹ ਵੀ ਮੇਰੇ ਕੰਨੇ ਹੱਥ ਕੁਟਾ ਕੰਮ ਕਰਵਾ? ਨਹੀਂ ਉਹ ਤਾਂ ਬਿਲਕੁਲ ਹੈ, ਹਾਂ ਬਿਲਕੁਲ ਹੋਣੇ ਚਾਹੀਦਾ। ਅਗਰ ਕੁੜੀਆਂ ਬਾਹਰ ਜਾਈਏ ਕਿ ਆਪਣੇ ਘਰ ਵਾਲੇ ਦੀ ਮਦਦ ਕਰਦੀਆਂ ਨੇ, ਤੇ ਮੁੰਡੇ ਦਾ ਵੀ ਫਰਜ਼ ਬਣਦਾ। ਮੈਂ ਤਾਂ ਗਰੰਟੀ ਲੈਦੀ, ਮੈਂ ਤਾਂ ਕਰਵਾਉਣਾ ਘਰ ਵਾਲੀ ਕਰਨਾ। ਹਾਂ ਤੇ ਠੀਕ ਹੈ, ਕਰਵਾਉਣੇ ਵੀ ਚਾਹੀਦਾ। ਔਰ ਮੈਂ ਸੁਣਾਈ ਨਾ ਕਿਹੜਾ ਕਿਹੜਾ ਕੰਮ ਕਰਾਉਣਾ? ਹਾਂਜੀ, ਮੈਂ ਪੂਰਾ ਉਹਦੇ ਕੰਨੇ ਪਰਾਣੇ ਲੈਦਾ ਭਾਈ, ਸਵੇਰੇ ਰੋਟੀ ਤੂੰ ਬਣਾਉਣੀ ਅਤੇ ਖਾਈ ਮੈਂ ਲੱਗਾ, ਅੱਛਾ ਦੀ ਕੰਮ ਹੋਈ। ਮੇਰੇ ਰੋਟੀ ਉਹ ਬਣਾ ਲੈਂਦੀ, ਖਾਈ ਉਹ ਲੈਣਾ, ਕੱਪੜੇ ਗੰਦੇ ਉਹ ਕਰ ਲੈ, ਧੋਈ ਉਹ ਲੈਂਦਾ, ਕਰਨੇ ਗਏ ਪਾਉਂਦੇ ਨੇ, ਭਾਂਡੇ ਜੂਠੇ ਉਹ ਕਰਨਾ, ਮਾਂਜੀ ਉਹ ਲੈਂਦੀ, ਬਰਾਬਰੀ ਦਾ ਕੰਮ ਤੇ ਹੈ। ਹਾਂ ਬਿਲਕੁਲ ਬਰਾਬਰੀ ਦਾ ਕੰਮ ਹੈ। ਜਿਹੜਾ ਅੱਜ ਦਾ ਸਮਾਂ ਜਿਵੇਂ ਮਜ਼ਾਕ ਵਾਲੇ ਗੀਤ ਚਲਾ ਕਰਦੇ ਹੁਣ, ਜਿਹੜੇ ਵਿਆਹ ਬਰਾਤਾਂ ਨਿਕਲਦੀਆਂ ਪਿੱਛੋਂ ਜਨਾਨੀਆਂ ਘਰਾਂ ਦੀਆਂ ਨਾਰਾਂ ਜਿਹੜੀਆਂ ਬਰਾਤੀ ਨਹੀਂ ਜਾਂਦੀਆਂ, ਅੱਜ ਕੱਲ੍ਹ ਵਾਲੀ ਤਾਂ ਸੂਟ ਬੂਟ ਪਹਿਲੇ ਪਾ ਲੈਂਦੀਆਂ। ਔਰ ਇੱਕ ਚੀਜ਼ ਹੋਰ ਦੇਖਣੀ, ਬਰਾਤ ਭਾਵੇਂ ਉਹ ਹੈ ਸਰਦੀ ਦੀ ਭਾਵੇਂ ਉਹ ਹੈ ਗਰਮੀ ਦੀ, ਸਰਦੀਆਂ ਸ਼ਾਲ ਲੈ ਲੈਣਾ ਪਸ਼ਮੀਨੇ ਦਾ ਸੁੱਟੇ ਦਾ ਹੁੰਦਾ ਹੱਥਾਂ ਪਰ, ਕਿਆ ਜਨਾਨੀ ਠੰਡ ਨਹੀਂ ਲੱਗਦੀ? ਬੰਦੇ ਨੇ ਦੋਰੀਆਂ ਜੈਕਟਾਂ ਪਾਈ ਦੀ ਹੁੰਦੀਆਂ ਤਾਂ ਵੀ ਹੱਥ ਕੰਬਦੇ ਹੁੰਦੇ? ਨਹੀਂ ਬਿਲਕੁਲ ਠੰਡ ਨਹੀਂ ਲੱਗਦੀ ਹੈ, ਕਿਉਂਕਿ ਉਸ ਵੇਲੇ ਇੱਕ ਖੁਸ਼ੀ ਹੁੰਦੀ ਹੈ ਕਿ ਬਰਾਤੀ ਜਾ ਦੇਣਾ, ਔਰ ਲਹਿੰਗੇ ਸ਼ਹਿੰਗੇ ਦੇ ਇੰਨੇ ਕਿਰਾਏ ਦਿੱਤੇ, ਉਹਦੇ ਨਾਲ ਠੰਡ ਕਿੰਨੀ ਲੱਗਣੀ? ਦੰਦ ਇੱਕ ਦੂਏ ਦੋਵਾਂ ਦਿਨ ਭਾਵੇਂ ਬਿਮਾਰ ਹੋਈਏ, ਦੰਦ ਵੱਜਾ ਦੇ ਹੁੰਦੇ ਇੱਕ ਦੂਏ ਕੱਲੇ। ਪਰ ਸ਼ਾਲ ਜਿਹੜਾ ਪਸ਼ਮੀਨੇ ਦਾ 10,000 ਦਾ ਵੀ ਲੈਦਾ, ਉਹ ਤਾਂ ਬਾਈਆਂ ਉੱਪਰ ਟੱਕੇ ਦਾ ਹੁੰਦਾ, ਉਹ ਮੁੰਡੇ ਪਰ ਨਹੀਂ ਸੁੱਟਦੇ? ਹਾਂ ਬਿਲਕੁਲ, ਵਜ੍ਹਾ ਇਹ ਹੈ ਕਿਉਂਕਿ ਲਹਿੰਗੇ ਦੇ ਕਿਰਾਏ ਹੁੰਦੇ ਨਾ ਦਿੱਤੇ ਦੇ, ਉਹ ਵਸੂਲ ਵੀ ਕਰਨਾ ਨਹੀਂ। ਅਗਰ ਲਹਿੰਗਾ ਪਾਈਆ ਸ਼ਾਲ ਕੰਨੇ ਟੱਕੀ ਲਿਆ ਤੇ ਫਿਰ ਉਹ ਕੀ ਫਾਇਦਾ, ਉਹਦੇ ਕੋਲ ਬਰਾਤੀ ਕਿਹ ਨਹੀਂ ਜਾਓ, ਘਰ ਬੈਠੋ। ਉਹ ਪੁਰਾਣਾ ਬਿੱਲਾ ਖਰਾ ਜਿਹੜੇ ਘਰ ਪਾਉਂਦੇ ਜਿਹੜੇ ਤਾਂ ਚੜੇ ਹੁੰਦੇ ਔਰ ਜੀਜੇ ਹੀ ਸੁੱਟਣੀਆਂ ਦਿੰਦੇ। ਹਾਂ, ਜੀਜੇ ਘਿਓਰ ਖਿਲਾਉਂਦੇ ਅੱਜ ਕੱਲ੍ਹ? ਖਿਲਾਉਂਦੇ ਨਹੀਂ, ਘਿਓਰ ਤੇ ਅੱਜ ਵੀ ਖਿਲਾਉਂਦੇ ਨੇ, ਪਰ ਅੱਜ ਕੱਲ੍ਹ ਜੀਜੇ ਆਖਦੇ ਦਿਓ ਸਾਨੂੰ ਪੀਜੇ, ਘਿਓਰ ਤਾਂ ਨਹੀਂ ਮੰਗਦੇ? ਨਹੀਂ ਨਹੀਂ ਮੰਗਦੇ ਤੇ ਨਹੀਂ ਆ, ਲੇਕਿਨ ਖਿਲਾਉਂਦੀਆਂ ਤੇ ਹੈਗਾ ਨਾ, ਅੱਜ ਵੀ ਘਿਓਰ ਖਿਲਾਉਂਦੇ ਹੈਗੇ। ਹਾਂ, ਮਰਚਾਂ ਪਾਈਆਂ ਘਿਓਰ ਪਿੱਛੇ ਖੜੋਤੇ ਨੇ, ਤੁਸੀਂ ਕਦੇ ਘਿਓਰੇ ਦਾ ਸਵਾਦ ਚਖਾਇਆ ਦਾ ਜੀਜੇ ਹੀ ਜਾਂਦੇ? ਹਾਂਜੀ ਹਾਂ, ਦੋ ਜੀਜੇ ਹੀ ਖਿਲਾਇਆ ਦਾ। ਉਹ ਘਿਓਰ ਵੀ ਖਿਲਾਇਆ ਦਾ ਜਾਂ ਮਰਚ ਵੀ ਵਿੱਚ? ਨਾ ਨਾ, ਮਰਚ ਨਹੀਂ, ਬਿਲਕੁਲ ਨਹੀਂ,
ਬਸ ਘਿਓਰ ਖਲਾਇਆ ਸਿੰਪਲ ਜਿੰਨਾ ਘਰ ਬਣਾਉਂਦੇ ਜਿਹੜਾ ਹੁੰਦੀ ਸੀ ਪਰ ਪੁਰਾਣੇ ਵੇਲੇ ਆਖਦੇ ਵੀ ਜਿਹੜਾ ਕੋਈ ਜੀਜਾ ਘਰ ਆਉਂਦਾ ਖੱਟ ਬੁਣੀ ਦੀ ਹੁੰਦੀ ਸੀ ਖੱਟਾ ਪਰ ਇੱਕ ਵਾਰੀ ਜੀਜੇ ਲਟਾਣਾ ਤੇ ਜੀਜੇ ਵਾਲਾ ਪੀਜਾ ਆਪਣਾ ਬਣੀ ਸੁਣਨੇ ਦਾ ਹੈ ਪਰ ਅਸਾਂ ਇਹ ਕੰਮ ਹੈ ਨਹੀਂ ਕੀਤੇ ਅਗਰ ਅੱਜ ਕਰਨਾ ਹੋਇਆ ਤੇ ਜੀਜਾ ਦੁਬਾਰਾ ਬੇੜਾ ਨਹੀਂ ਬੜਾ ਹਾਂ ਅੱਜ ਗੱਲ ਨਹੀਂ ਸਹਿਣ ਕਰਦੇ ਬਿਲਕੁਲ ਸੱਚ ਗਲਾ ਕਰਦੇ ਨੇ ਦੋਸਤੋ ਅੱਜ ਔਕੀਆਂ ਸਹਿਣ ਸ਼ਕਤੀਆਂ ਨਹੀਂ ਰਹੀਆਂ ਅੱਜ ਆਖਦੇ ਵੀ ਸਾਡਾ ਜਿਹੜਾ ਪਾਣੀ ਹੈ ਜਾਂ ਉਹਦੇ 'ਚ ਕਿਸ਼ਾਈ ਦਾ ਫਿਲਟਰ ਵਾਲਾ ਪਾਣੀ ਪੀਂਦੇ ਹਾਂ ਉਸ ਫਿਲਟਰ ਵਾਲੇ ਪਾਣੀ ਕੰਨੇ ਸਾਡੇ 'ਚ ਥੋੜ੍ਹਾ ਜਿਹਾ ਜ਼ਹਿਰ ਰਹੀ ਇਹਦੇ ਵਿੱਚ ਕਿ ਉਹ ਸਹਿਣ ਸ਼ਕਤੀ ਨਹੀਂ ਰਹੀ ਜਿਹੜੀ ਪੁਰਾਣੇ ਜੀਜੇ ਹੀ ਪਤਾ ਹੈ ਜਿਲ੍ਹਾ ਬੇਦੀ 'ਚ ਬੈਠੇ ਦਿੰਦੇ ਸੂਈਆਂ ਕੋਲੋਂ ਤਰੁੰਬੀ ਉੱਡਦੇ ਜਾਂ ਫਿਰ ਉਹਦਾ ਦਫੇਰਾ ਲਈਏ ਜਿਲ੍ਹਾ ਆਉਣਾ ਅਤੇ ਖੱਟ ਐਸੀ ਬਣਦੀ ਹੋਣੀ ਉਸ ਖੱਟਾ ਉਹ ਬੌਂਦੇ ਗਏ ਜੀਜੇ ਵਾਲੀ ਲੱਤਾਂ ਖੜੀਆਂ ਹੁੰਦੀਆਂ ਹਨ ਅਤੇ ਅੱਜ ਇਹ ਸੰਸਕ੍ਰਿਤੀ ਦੋਸਤੋ ਸਾਂਝਾ ਹੋਆ ਕਰਦੀ ਹੈ ਪੱਕਾ ਤਲਾਅ ਬਾਗੇ ਬਹੁ ਦੀ ਅਤੇ ਹੁਣ ਗ੍ਰਾਂ ਦੀ ਆਟੋ ਲੈਂਦੇ ਹਾਂ ਹੋਰ ਕਿਸ਼ ਲੱਭਦਾ ਉਹ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਦੇ ਹਾਂ ਪੱਤਾ ਮੇਰੇ ਭਾਈ ਦਾ ਬੇਟੇ ਮੁੰਡੂ ਆਈ ਦਾ ਗਈ ਸੀ ਗੰਗਾ ਚੜ੍ਹਾ ਲਾਈ ਗੰਗਾ ਕਿੰਨੀ ਗੰਗਾ ਨੇ ਉਸ ਕਿੰਨੀ ਦੋਸਤੋ ਇਹ ਪੱਕਾ ਤਲਾਅ ਦੇ ਉੱਪਰ ਜਿਹੜਾ ਅਸੀਂ ਦੇਖਿਆ ਕਰਦੇ ਹਾਂ ਮਤੇ ਸਾਰੇ ਲੋਕ ਜਿਹੜੇ ਖੜੋਤੇ ਨੇ ਇੱਕ ਮੰਦਰ ਹੈ ਇਸ ਮੰਦਰ ਦੇ ਪ੍ਰਾਰੰਗਣ 'ਚ ਅਸ ਖੜੋਈ ਹੈ ਮੱਥਾ ਟੇਕਿਆ ਖਾਸ ਕਰੀਏ ਦੇਖਿਆ ਕਰਦੇ ਹਾਂ ਅਸ ਬਜਰੰਗ ਬਲੀ ਦੀ ਫੋਟੋ ਇਸ ਮੰਦਰ ਦੇ ਵਿੱਚ ਔਰ ਸ਼ਿਵਾਲੇ ਵੀ ਅੰਦਰ ਕੀ ਇਤਿਹਾਸ ਇਸ ਮੰਦਰ ਦਾ ਇਹਦੀ ਜਾਣਕਾਰੀ ਵੀ ਤੁਹਾਡੇ ਤੱਕ ਪਹੁੰਚਾਉਣ ਦਾ ਪ੍ਰਯਾਸ ਕਰਦੇ ਹਾਂ ਕੀ ਨਾਂ ਜੀ ਤੁਹਾਡਾ ਮੇਰਾ ਨਾਂ ਕੁਲਦੀਪ ਰਾਜ ਗੁਪਤਾ ਜੀ ਕੁਲਦੀਪ ਜੀ ਕਿੰਨਾ ਇਸ ਮੰਦਰ ਦਾ ਆਗਮਨ ਹੋਇਆ ਕਿੰਨੀਆਂ ਮੂਰਤੀ ਇੱਥੇ ਆਈ ਹੈ ਇਹ ਮਾਰਾ ਅਰਜ਼ ਹੈ ਕਿ ਇੱਥੇ ਇੱਕ ਕਿਲ੍ਹੇ ਦੇ ਪਿੱਛੇ ਇੱਕ ਮਹਾਤਮਾ ਰਹਿੰਦੇ ਹੈ ਅਤੇ ਉਹਦੇ ਬੜਾ ਇਤਿਹਾਸ ਬੜੇ ਪੁਰਾਣੇ ਉਹਨੇ ਕੀ ਕਰਦੇ ਲੋਕ ਕਿ ਉਹਦੇ ਭਾਂਡੇ ਛਾਂਡੇ ਲਈ ਜਾਣੇ ਚੁੱਕੀ ਹੈ ਅਤੇ ਤੁਸੀਂ ਬੰਨੀ ਜਾਣਾ ਅਤੇ ਉਹ ਬੜੀ ਦੁਖੀ ਹੈ ਸਾਡੇ ਗ੍ਰਾਂ ਦੇ ਲੋਕ ਪਏ ਅਤੇ ਉਹਨੇ ਆਖਦੇ ਪਏ ਅਸ ਤੁਸੀਂ ਜਗ੍ਹਾ ਦਿੰਦੇ ਹਾਂ ਤੂੰ ਸਾਡੇ ਕੋਲ ਇੱਥੇ ਆਈ ਆਓ ਉਹ ਮਹਾਰਾਜ ਉਹਨੇ ਇਹ ਉਸ ਵੇਲੇ ਕੱਚਾ ਕੁਟੀਆ ਹੁੰਦਾ ਹਾਂ ਉਹਨੇ ਜਗ੍ਹਾ ਬਣਾਈ ਤੀ ਅਤੇ ਉਹਨੇ ਇੱਥੇ ਹਨੂੰਮਾਨ ਦੀ ਮੂਰਤੀ ਸਥਾਪਨਾ ਕੀਤੀ ਇਹ ਮੇਰਾ ਕਹਿੰਦਾ ਕੋਈ 100-150 ਸਾਲ ਦੀ ਗੱਲ ਹੈ ਉਹਦੇ ਬਾਅਦ ਫਿਰ ਉਹ ਸਮਾਈ ਹੈ ਉਹਦੇ ਬਾਅਦ ਦੋ ਮਹਾਤਮਾ ਹੋਰ ਆਏ ਉਹਨੇ ਵੀ ਇਹਦੇ ਕਾਫੀ ਆਪਣਾ ਇਹਦਾ ਪੂਜਾ ਪਾਠ ਕੀਤਾ ਅਤੇ ਇਹ ਉਹਦੇ ਬਾਅਦ ਫਿਰ ਅਸੀਂ ਲੋਕ ਇੱਥੇ ਉਹਦੇ ਗ੍ਰਾਂ ਦੇ ਕੁਝ ਪਈ ਹੈ ਅਤੇ ਇਹਦਾ ਕੱਚਾ ਹਾ ਉਸੀ ਪੱਕਾ ਬਣਾਉਣ ਦੀ ਕੋਸ਼ਿਸ਼ ਕੀਤੀ ਕਥਾ ਸੁਣਨੀ ਆਉਂਦੀ ਕੋਈ ਵਿੱਚ ਦੰਤ ਕਥਾ ਦੇ ਅਨੁਸਾਰ ਕੋਈ ਇੱਥੇ ਸਾਧੂ ਹੈ ਜਿਹੜਾ ਸੁੰਨਾ ਬਣਾਈ ਉੜਦਾ ਹਾ ਉਹ ਉਹ ਹੈ ਜਿਹੜੇ ਉੱਥੇ ਗੁਫਾ 'ਚ ਰਹਿੰਦੇ ਹੈ ਪਤਾ ਵੀ ਫਿਰ ਹਾਂਜੀ ਉਹ ਚਿਲਮ 'ਚ ਉਨਾ ਸੁੰਨਾ ਬਣਾਉਂਦੇ ਹੈ ਜਿੰਨਾ ਉਹਨੇ ਜ਼ਰੂਰਤ ਹੁੰਦੀ ਸੀ ਮਤਲਬ ਉਹ ਜ਼ਿਆਦਾ ਨਹੀਂ ਕਰਦੇ ਮਤਲਬ ਜਿੰਨਾ ਕੋਈ ਲਾਲਚ ਹੋਇਆ ਉਹ ਆਪਣਾ ਗਾ ਜੀਵਨ ਨਿਰਵਾਹ ਵਾਸਤੇ ਉਸਲਾ ਕੋਈ ਉੱਥੇ ਜਾਂਦਾ ਨਹੀਂ ਆ ਚੜ੍ਹਦੇ ਕੋਈ ਹੁੰਦੀ ਨਹੀਂ ਤਾਂ ਆਪਣਾ ਪੇਟ 'ਤੇ ਭਰਨਾ ਵਿਚਾਰੇ ਉਹ ਉਨਾ ਦਾ ਸੁੰਨਾ ਬਣਾਉਂਦੇ ਜਿੰਨਾ ਉਸ ਵੇਚੀ ਆਪਣਾ ਗੁਜ਼ਾਰਾ ਕਰ ਸਕਦੇ ਹੈ ਸੱਚ ਗੱਲ ਕਰਦੇ ਤੁਸੀਂ ਇੱਥੇ ਪੂਜਾ ਅਰਚਨਾ ਕਰਦੇ ਹੋ ਕਿੰਨੀ ਲੋਕਾਂ ਦੀ ਆਸਥਾ ਕਿ ਅੱਜ ਇੱਥੇ ਲੋਕ ਜਿਹੜੇ ਪੂਜਾ ਕਰਦੇ ਨੇ ਕੀ ਮੰਗਦੇ ਨੇ ਔਰ ਇਹ ਜਿਹੜੇ ਬਜਰੰਗ ਬਲੀ ਨੇ ਕਿੰਨੀ ਉਹਦੀ ਕਿਰਪਾ ਹੈ ਲੋਕਾਂ ਦੀ ਜੈ ਸ਼੍ਰੀ ਰਾਮ ਜੀ ਮੰਦਰ ਦੇ ਵਿੱਚ ਮੰਗਲਵਾਰ ਕਾਫੀ ਜ਼ਿਆਦਾ ਲੋਕ ਆਉਂਦੇ ਨੇ ਇੰਨਾ ਵੀ ਹਫ਼ਤੇ 'ਚ ਲੋਕ ਆਉਂਦੇ ਨੇ ਲੇਕਿਨ ਮੰਗਲਵਾਰ ਦੇ ਵਿੱਚ ਹਨੂੰਮਾਨ ਚਾਲੀਸਾ ਦਾ ਲੋਕ ਪਾਠ ਕਰਦੇ ਨੇ ਔਰ ਇੱਧਰ ਅੰਦਰ ਜਿਹੜੀ ਮੂਰਤੀ ਲੱਗੀ ਦੀ ਉਹ ਐਸੀ ਮੂਰਤੀ ਹੈ ਕਿ ਜਿਹਦੀ ਲੋਕ ਪਰਿਕਰਮਾ ਵੀ ਲੈ ਸਕਦੇ ਨੇ ਅਤੇ ਕੁਛ ਬੱਚੇ ਬਿਮਾਰ ਹੁੰਦੇ ਨੇ ਉਹਨੇ ਵੀ ਫਾਂਡਾ ਕਰਦੇ ਨੇ ਔਰ ਬੱਚੇ ਛੋਟੇ ਬੱਚੇ ਜਿਹੜਾ ਇੱਧਰ ਸਮੂਹਿਕ ਹਨੂੰਮਾਨ ਚਾਲੀਸਾ ਦਾ ਪਾਠ ਕਰਦੇ ਨੇ ਬੜੀ ਦੇਰ ਦਾ ਦੋਸਤੋ ਪੱਕਾ ਤਲਾਬ ਵਾਹਵੇ ਦੇ ਵਿੱਚ ਅਸ ਅੱਜ ਖੜੋਈ ਹੈ ਅਸੀਂ ਦੇਖਿਆ ਕਰਨੇ ਇੱਥੇ ਸਾਰੇ ਮਾਨੂੰ ਜਿਹੜੇ ਖੜੋਤੇ ਨੇ ਉਹਦੇ ਵਿੱਚ ਸਾਡੇ ਰਾਜੀਵ ਚਾੜਕੋਰ ਨੇ
ਭਾਰਤੀ ਜਨਤਾ ਪਾਰਟੀ ਦੇ ਵਰਿਸ਼ਠ ਨੇਤਾ ਔਰ ਖਾਸ ਕਰੀਏ ਬਹੁ ਫੋਰਟ ਡਿਵੈਲਪਮੈਂਟ ਜਿਹੜੀ ਇੱਥੇ ਕਮੇਟੀ ਬਣੀ ਦੀ ਉਹਦੇ ਚੇਅਰਮੈਨ ਵੀ ਹਨ। ਰਾਜੀਵ ਜੀ ਤੁਹਾਡਾ ਪਹਿਲੇ ਸਵਾਗਤ ਕਰੀਏ। ਧੰਨਵਾਦ ਜੀ। ਅੱਜ ਅਸੀਂ ਵੀ ਮੌਕਾ ਮਿਲਿਆ ਕਿ ਮਾਤਾ ਰਾਣੀ ਦੇ ਦਰਸ਼ਨ ਕਰਨੇ ਦਾ, ਉਹ ਵੀ ਤੁਹਾਡੇ ਮਾਧਿਅਮ ਕਰਨੇ। ਅਸੀਂ ਪੁੱਛਣਾ ਚਾਹੁੰਦੇ ਹਾਂ ਭਈ ਇਹ ਜਿਹੜਾ ਬਾਵਾ ਹੈ ਮਾਤਾ ਬਾਵੇ ਵਾਲੀ, ਸਾਡੇ ਸਾਰੇ ਡੋਗਰਿਆਂ ਦੀ ਇੱਕ ਕੁਲਦੇਵੀ ਵੀ ਮੰਨੀ ਜਾਂਦੀ ਅਤੇ ਸਾਡੇ ਸੰਰਕਸ਼ਣ ਵਾਸਤੇ ਜ਼ਿਲ੍ਹਾ ਦੇਖੋ ਅੰਗ ਸੰਗ ਸਾਡੇ ਰਹਿੰਦੀ ਹੈ। ਪਰ ਉਹ ਵਿਕਾਸ ਜਿਹੜਾ ਚਾਹੀਦਾ ਹੈ, ਕਿਆ ਐਸਾ ਲੱਗਦਾ ਤੁਹਾਨੂੰ ਕਿ ਮਾਂ ਬਾਵੇ ਵਾਲੀ ਦਾ ਐਸਾ ਵਿਕਾਸ ਹੋਇਆ? ਤੁਸੀਂ ਤਾਂ ਪ੍ਰਧਾਨ ਹੋ। ਦੇਖੋ ਜੀ, ਮਾਤਾ ਮਹਾਕਾਲੀ ਦੇ ਸ਼੍ਰੀ ਚਰਨਾਂ 'ਚ ਅਸੀਂ ਅੱਜ ਖਲੋਤੇ ਦੇ ਹਾਂ ਅਤੇ ਅਸੀਂ ਤੁਹਾਡੇ ਬੜੇ ਧੰਨਵਾਦੀ ਹਾਂ ਕਿਉਂਕਿ ਤੁਸੀਂ ਜਿਹੜਾ ਇੱਕ ਚਲਾਏ ਦਾ ਹੈ, ਕਦੇ ਆਓ ਸਾਡੇ ਗ੍ਰਾਂ। ਮੈਂ ਬੜੇ ਵਾਰੀ ਸੋਚਦਾ ਹਾਂ ਕਿ ਸਾਡੇ ਲਈ ਇੱਧਰ ਵੀ ਆਓ, ਲੇਕਿਨ ਤੁਸੀਂ ਪਹਿਲੇ ਵੀ ਆਖਿਆ ਕਿ ਇਹ ਗ੍ਰਾਂ ਨਹੀਂ ਸ਼ਹਿਰ ਹੈ ਅਤੇ ਹੁਣ ਇੱਥੇ ਗਈਆਂ ਅਤੇ ਤੁਸੀਂ ਇੱਥੇ ਆਏ ਮਾਂ ਬਾਵੇ ਵਾਲੀ ਦੇ ਚਰਨੇ 'ਚ ਬਾਵੇ ਦੀ ਠੋਹ ਲੈਣੇ ਵੀ ਅਤੇ ਅਸੀਂ ਤੁਹਾਡਾ ਸਵਾਗਤ ਕਰਨੇ ਹਾਂ। ਮਾਂ ਬਾਵੇ ਵਾਲੀ ਦਾ ਜਿਹੜਾ ਇੱਥੇ ਨਿਵਾਸ ਹੈ, ਜਿਹੜਾ ਇੱਥੇ ਪੂਰੇ ਜੰਮੂ ਗਈ ਆਸ਼ੀਰਵਾਦ ਦਿਆ ਕਰਦੀ ਹੈ, ਆਖ ਦੇਣ ਕਿ ਪਹਿਲੇ ਤਾਂ ਇੱਥੇ ਭਗਵਾਨ ਰਾਮ ਦੇ ਵੰਸ਼ਜ ਬਾਹੂਲੋਚਨ, ਜੰਬੂਲੋਚਨ, ਧਨਲੋਚਨ, ਕ੍ਰਿਸ਼ਨ ਲੋਚਨ ਔਰ ਰਾਮ ਲੋਚਨ, ਇਹ ਪੰਜ ਆਏ ਹੈ। ਉਹਨੇ ਆਈਏ ਇੱਥੇ ਕਿਲ੍ਹਾ ਬਣਾਇਆ ਅਤੇ ਕਿਲ੍ਹੇ ਕੀ ਉਹਨੇ ਦਿਨੇ ਦੁਰਗਾਂ ਆਖਦੇ, ਦੁਰਗੇ 'ਚ ਰੋਣੇ ਵਾਲੇ ਕੀ ਦੁਰਗਰ ਔਰ ਦੁਰਗਰ ਜਿਹੜੇ ਹੈ ਉਹਨ ਆਸਤੇ ਆਸਤੇ ਪ੍ਰਚਲਿਤ ਹੋਇਆ, ਡੁੱਗਰ ਡੁੱਗਰ ਤੋਂ ਡੋਗਰੇ ਬਣੇ। ਯਾਨੀ ਅਸੀਂ ਇਹ ਵੀ ਆਖੀ ਸਕਦੇ ਹੋ ਤੁਸੀਂ ਕਿ ਇਹ ਡੋਗਰਾ ਕੌਮ ਦੀ ਜਿਹੜੀ ਉਦਗਮ ਸਥਲੀ ਹੈ ਜਾਂ ਡੋਗਰਾ ਸ਼ਬਦ ਦੀ ਉਦਗਮ ਸਥਲੀ ਹੈ। ਉਹਦੇ ਬਾਅਦ ਇਹ ਆਖਿਆ ਜਾਂਦਾ ਹੈ ਕਿ ਜਿਸ ਵੇਲੇ ਕਿਲ੍ਹਾ ਬਣਾ ਕਰਦੇ ਇਹ, ਉਸ ਵੇਲੇ ਇੱਥੇ ਕੋਈ ਦੇਵੀ ਸੀ, ਉਸ ਸੰਦੂਰ ਲੱਗੇ ਦਾ ਹਾ, ਅਤੇ ਉਹਨੇ ਇਹਦੀ ਖੁਦਾਈ ਸ਼ੁਰੂ ਕੀਤੀ। ਉਹਨੇ ਆਖਿਆ ਕਿ ਦੁਰਗ ਬਣਨ ਕੋਲ ਪਹਿਲੇ ਮਾਂ ਦਾ ਮੰਦਰ ਬਣਾਇਆ ਜਾ। ਲੇਕਿਨ ਉਹ ਜਿਹੜੀ ਦੇਵੀ ਸੀ, ਉਸ ਦੇਵੀ ਦੀ ਜਿਹੜਾ ਖੁਦਾਈ ਕਰਨ ਲੱਗੇ, ਉਹ ਖੁਦਾਈ ਕਰਦੇ ਕਰਦੇ ਕੋਈ 20-25 ਫੁੱਟ ਥੱਲੇ ਚਲੀ, ਲੇਕਿਨ ਉਹ ਪਿੰਡੀ ਖਤਮ ਨਹੀਂ ਹੋਈ ਔਰ ਸਿੱਧੀ ਪਿੰਡੀ ਥੱਲੇ। ਫਿਰ ਜਿਹੜੇ ਉਹਦੇ ਮੰਤਰੀ ਔਰ ਪੁਰੋਹਿਤ ਜਿਹੜੇ ਵੀ ਆਏ, ਉਹਨੇ ਆਖਿਆ ਕਿ ਮਹਾਰਾਜ ਇਹ ਕੋਈ ਦਿਵਯ ਸ਼ਕਤੀ ਹੈ ਜਿਹੜੀ ਆਪਣੀ ਤੁਸੀਂ ਸ਼ਕਤੀ ਦੱਸਿਆ ਕਰਦੀ ਹੈ, ਅਤੇ ਇਸ ਕਾਰਨ ਤੁਸ ਇਸੀ ਉਹ ਕਰਨ ਦੀ ਕੋਸ਼ਿਸ਼ ਨਹੀਂ ਕਰੋ, ਇਹ ਅੱਗੇ ਪਿੱਛੇ ਨਹੀਂ ਜਾਣਾ ਚਾਹੁੰਦੇ, ਇੱਥੇ ਘਰ ਹੋਣਾ ਚਾਹੁੰਦੇ। ਅਤੇ ਉਹਨੇ ਪਤਾ ਨਾ ਹਾਂ ਕਿ ਕਿਹੜੀ ਦੇਵੀ ਹੈ, ਉਹਨੇ ਦੇਵੀ ਦੁਆਰਾ ਇੱਥੇ ਬਣਾਈ ਦਿੱਤਾ ਔਰ ਉਹ ਪਿੰਡੀ ਕੀ ਬਣਾਇਆ। ਉਸ ਤੋਂ ਬਾਅਦ ਆਖਿਆ ਜਾਂਦਾ ਹੈ ਕਿ ਮਹਾਰਾਜਾ ਗੁਲਾਬ ਸਿੰਘ ਜਿਸ ਵੇਲੇ ਆਏ, ਉਹ ਕਲਕੱਤਾ ਗਏ, ਹੁਣ ਕਲਕੱਤਾ ਦਾ ਜਿਹੜੀ ਮਾਤਾ ਕਾਲੀ ਇੱਥੇ ਲਿਆਂਦੀ, ਉਹਦੇ ਬਾਅਦ ਇਹ ਮਾਤਾ ਕਾਲਕਾ ਦਾ ਜਿਹੜਾ ਸਥਾਨ ਹੈ ਉਹ ਇੱਥੇ ਰਿਹਾ। ਕਾਲਕਾ ਜੀ ਦਾ ਸਥਾਨ ਦੇ ਬਾਅਦ ਇੱਥੇ ਜਿਹੜਾ ਹੈ 16ਵੀਂ ਸ਼ਤਾਬਦੀ ਤੱਕ ਅਗਰ ਦੇਖਿਆ ਜਾ ਤਾਂ ਇੱਥੇ ਜਿਹੜਾ ਹੈ ਬੜੀ ਇੱਕ ਚਹਿਲ ਪਹਿਲ ਹੀ ਮਹਾਰਾਜਾ ਧਰੁਵ ਦੇਵ ਹੈ, ਉਹਨੇ ਇੱਕ ਹਿੰਦੂ ਮੁਸਲਮਾਨ ਦੀ ਏਕਤਾ ਦੱਸਦੇ ਹੋਈ ਇੱਕ ਵੱਖੀ ਅਗਰ ਮੰਦਰ ਬਣਿਆ ਤਾਂ ਦੂਜੀ ਵੱਖੀ ਮਸਜਿਦ ਵੀ ਬਣਾਏ, ਯਾਨੀ ਦੋਨੇ ਕੌਮੇ ਦੀ ਇਬਾਦਤ ਦੇ ਪੂਜਾ ਦੇ ਇੱਕ ਜਿਹੜਾ ਇੱਥੇ ਨਿਰਮਾਣ ਕੀਤਾ। ਮਹਾਰਾਜਾ ਗੁਲਾਬ ਸਿੰਘ ਹੁੰਦਾ ਟਾਈਮ ਸ਼ੁਰੂ ਹੋਇਆ, ਪ੍ਰਤਾਪ ਸਿੰਘ ਹੁੰਦੇ ਤੱਕ ਇੱਥੇ ਤੱਕ ਫੌਜ ਵੀ ਰੋਂਦੀ ਸੀ, ਫੌਜ ਦੇ ਬਾਅਦ ਇੱਥੇ ਤਰੱਕੀ ਵੀ ਆਈ। ਆਖਦੇ ਨੇ ਕਿ ਜਦੋਂ ਬਾਹੂਲੋਚਨ ਜੀ ਦਾ ਦੇਹਾਂਤ ਹੋਇਆ, ਦੇਹਾਂਤ ਨਹੀਂ ਹੋਇਆ, ਉਹ ਸ਼ਹੀਦ ਹੋਏ ਇਹ ਪੰਜਾਬ, ਉਸ ਵੇਲੇ ਮਗਰ ਦੇਸ਼ ਆਖਿਆ ਜਾਂਦਾ ਹੈ, ਕਿਉਂਕਿ ਇਹਨੇ ਹਮਲਾ ਕੀਤਾ, ਉੱਥੇ ਤੱਕ ਪੁੱਜੀ ਹੈ, ਗੁਰਦਾਸਪੁਰ ਤੱਕ ਜਿਹੜਾ ਇਲਾਕਾ ਹੈ ਉਸ ਜਿੱਤ ਲਿਆ ਹੈ। ਅਤੇ ਜਿਸ ਵੇਲੇ ਉਹਦੇ ਨਿੱਕੇ ਭਰਾ ਜੰਬੂਲੋਚਨ ਗੱਦੀ ਪਰ ਬੈਠੇ, ਉਹਨੇ ਕਿ ਇਹ ਏਰੀਆ ਉਹਨੇ ਠੀਕ ਨਹੀਂ ਲੱਗਿਆ, ਉਹ ਆਖਦੇ ਹੈ ਕਿ ਮੈਂ ਕੁਦਰੇ ਹੋਰ ਆਪਣੀ ਰਾਜਧਾਨੀ ਬਣਾਉਣੀ, ਅਤੇ ਰਾਜਧਾਨੀ ਬਣਾਉਣ ਵਾਸਤੇ ਉਹਨੇ ਆਪਣੇ ਪੁਰੋਹਿਤਾਂ ਮੰਤਰੀਆਂ ਸਾਰਿਆਂ ਆਖਿਆ ਕਿ ਕੋਈ ਜਗ੍ਹਾ ਐਸੀ ਖੋਜੋ ਕਿ ਜਿੱਥੇ ਅਸ ਨਵੇਂ ਮਹਿਲ ਦੀ ਜਿਹੜੀ ਰਚਨਾ ਕਰ ਸਕੀਏ। ਇੱਕ ਦਿਨ ਉਹ ਆਪੇ ਗਏ ਸ਼ਿਕਾਰ ਖੇਲਣ ਗਏ ਹੈ, ਪੁਰਾਣੀ ਮੰਡੀ ਜਿਹੜੀ ਥਾਰ ਜਿੱਥੇ ਰਾਮ ਮੰਦਰ ਹੈ ਉੱਥੇ ਖਲੋਈਆ ਉਹ ਸ਼ਿਕਾਰ ਦਿਖਾ ਕਰਦੇ ਹੈ। ਉਹਦੀ ਨਜ਼ਰ ਜਿੱਥੇ ਰਘੁਨਾਥ ਮੰਦਰ ਅੱਜ ਉੱਥੇ ਪਈ, ਜਾਂ ਮਹਾਰਾਜ ਨੇ ਉੱਥੇ ਸ਼ੇਰ ਬੱਕਰੀ ਕੀ ਪਾਣੀ ਪੀਂਦੇ ਦੇਖਿਆ, ਉਹ ਮਹਿਲ 'ਚ ਵਾਪਸ ਆਏ, ਬਾਵੇ ਆਈਏ ਉਹਨੇ ਜਿਹੜਾ ਆਪਣੇ ਪੰਡਤਾਂ ਕੰਨੇ ਪਰੋਤਾਂ ਕੰਨੇ ਸਾਰਿਆਂ ਕੰਨੇ ਮੰਤਰਨਾ ਕੀਤੀ। ਉਸ ਸਲਾਹ ਤੋਂ ਬਾਅਦ ਇਹ ਨਿਸ਼ਕਰਸ਼ ਨਿਕਲਿਆ ਕਿ
ਉਹਦਾ ਪਹਿਲਾ ਜਿਹੜਾ ਕਿਲ੍ਹਾ ਹੈ ਉਹ ਉਸੇ ਜਗ੍ਹਾ ਬਣਨਾ ਚਾਹੀਦਾ ਜਿੱਥੇ ਖੜੋਈਆ ਉਹਨੇ ਦ੍ਰਿਸ਼ ਦੇਖਿਆ। ਉਹ ਜਗ੍ਹਾ ਸੀ ਪੁਰਾਣੀ ਮੰਡੀ ਜਿੱਥੇ ਅੱਜ ਰਾਮ ਮੰਦਿਰ ਵੀ ਹੈ, ਔਰ ਪਹਿਲਾ ਕਿਲ੍ਹਾ ਹੁੰਦਾ ਉੱਥੇ ਬਣਿਆ, ਇਸ ਕਾਰਨ ਉਸ ਪੁਰਾਣੀ ਮੰਡੀ ਆਖਿਆ ਜਾਂਦਾ। ਔਰ ਉਹਦੇ ਕੰਨੇ ਗਏ ਜਿਲ੍ਹਾ ਇੱਥੋਂ ਦਾ ਰਾਜਧਾਨੀ ਬਾਵੇ ਦਾ ਰਾਜਧਾਨੀ ਉੱਥੇ ਚਲੀ ਗਈ ਜੰਬੂ ਲੋਚਨ ਦੀ, ਅਤੇ ਇੱਥੋਂ ਦੀ ਜਿਹੜੀ ਤਰੱਕੀ ਹੈ ਉਹ ਕੱਢਦੀ ਗਈ। ਉਹਦੇ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਉਹਨੇ ਇਸ ਇਲਾਕੇ ਦੀ ਤਰੱਕੀ ਵਾਸਤੇ ਉਹ ਨਹੀਂ ਕੀਤਾ। ਇਹ 1980 'ਚ ਮਿਊਂਸਪੈਲਿਟੀ 'ਚ ਆਇਆ ਇਲਾਕਾ, 1980 ਕੋਲ ਲਈਏ ਅੱਜ ਤੱਕ ਤੁਸੀਂ ਦੇਖੋ ਕਿ ਇੱਥੇ ਕੋਈ ਵੀ ਇਹ ਗ੍ਰਾਂ ਦਾ ਗ੍ਰਾਂ ਲੱਭਦਾ, ਸ਼ਹਿਰ ਦਾ ਸ਼ਹਿਰ। ਯਾਨੀ ਅਗਰ ਤੁਸੀਂ ਗ੍ਰਾਂ ਦਾ ਮਜ਼ਾ ਲੈਣਾ ਤਾਂ ਵੀ ਬਾਬਾ ਆ ਸਕਦੇ ਹੋ, ਅਤੇ ਜੇ ਅਗਰ ਸ਼ਹਿਰ ਤਾਂ ਸ਼ਹਿਰ ਵੀ ਬਿਲਕੁਲ ਕੋਲ ਹੈ। ਔਰ ਇਹ ਜਿਹੜੀ ਅੱਜ ਤੁਸੀਂ ਦਿਖਾ ਕਰਦੇ ਹੋ ਕਿ ਕਿਲ੍ਹੇ ਦਾ ਬਾਹਰ ਜਿੰਨੇ ਵੀ ਇਹ ਰੈਨੋਵੇਸ਼ਨ ਹੋਈ ਹੈ, ਇਹ ਕੇ ਸਗਨੰਦਨ ਜੀ ਇੱਥੇ ਇੱਕ ਗਵਰਨਰ ਸਾਹਿਬ ਦੇ ਸਲਾਹਕਾਰ ਰਹੇ, ਸਾਡੀ ਕਮੇਟੀ ਵਾਰ ਵਾਰ ਉਹਦੇ ਕੋਲ ਜਾਂਦੀ ਰਹੀ ਹੈ ਕਿਉਂਕਿ ਮਹਿਕਮਾ ਉਹਦੇ ਕੋਲ ਗਿਆ, ਅਤੇ ਅਸੀਂ ਉਹਨੇ ਆਖਿਆ ਉਹ ਇੱਕ ਦੋ ਵਾਰੀ ਆਏ ਅਤੇ ਉਹਨੇ ਦੇਖਿਆ ਜਿਸ ਵੇਲੇ, ਅਤੇ ਇਹ ਜਿੰਨਾ ਵੀ ਕੰਮ ਇੱਥੇ ਹੋਇਆ ਇਹ ਕੇ ਸਗਨੰਦਨੋਂ ਨੇ ਕਰਾਇਆ, ਔਰ ਡਿਵਕਾਮ ਸੰਜੀਵ ਵਰਮਾ ਔਰ ਉਹਨੇ ਬੜਾ ਇਨੀਸ਼ੀਏਟਿਵ ਲਿਆ। ਸਾਡੀ ਇੱਕ ਬੜੀ ਵੱਡੀ ਮੰਗ ਹੈ ਪੁਰਾਣੀ ਕਿ ਇਸ ਇਲਾਕੇ ਦਾ ਅਗਰ ਵਿਕਾਸ ਕਰਨਾ, ਜਿਵੇਂ 1986 'ਚ ਕਟਰਾ ਮਾਤਾ ਵੈਸ਼ਨੋ ਦੇਵੀ ਜੀ ਦਾ ਸ਼ਰਾਈਨ ਬੋਰਡ ਬਣਿਆ, ਬਾਵੇ ਵਾਲੀ ਮਾਤਾ ਦਾ ਸ਼ਰਾਈਨ ਬੋਰਡ ਬਣਿਆ, ਇੱਕ ਤਾਂ ਰੋਜ਼ਗਾਰ ਲੋਕਾਂ ਹੀ ਮਿਲਗ, ਦੂਆ ਇੱਥੋਂ ਦੀ ਤਰੱਕੀ ਹੋਊ। ਭਾਅ ਜੀ ਕੀ ਨਾਂ ਹੈ ਤੁਹਾਡਾ? ਮੇਰਾ ਚੰਨੂ ਪਜਗੋਤਰਾ। ਚੰਨੂ ਜੀ, ਸੁਣਿਆ ਤੁਸੀਂ ਬਈ ਮਾਤਾ ਦੇ ਭਜਨ ਵੀ ਗਾਉਂਦੇ ਹੋ, ਕੋਈ ਸਾਡੇ ਦਰਸ਼ਕਾਂ ਲਈ ਕੋਈ ਭਜਨ? ਹਾਂਜੀ ਸੁਣਾਓ। ਆਇਆ ਮੈਂ ਪਹਿਲੀ ਵਾਰ ਮਾਂ, ਆਇਆ ਮੈਂ ਪਹਿਲੀ ਵਾਰ ਮਾਂ, ਤੇਰਾ ਦਰਬਾਰ ਨਹੀਂ ਭੁਲਾ ਮਾਂ, ਆਇਆ ਮੈਂ ਪਹਿਲੀ ਵਾਰ ਮਾਂ, ਤੇਰਾ ਦਰਬਾਰ ਨਹੀਂ ਭੁਲਾ ਮਾਂ, ਆਇਆ ਮੈਂ ਪਹਿਲੀ ਵਾਰ ਮਾਂ, ਹੋ ਮੇਰੀ ਮਾਂ ਤੂੰ ਕਹਾਂ ਮੈਂ ਜਾਂ, ਮਾਂ ਹੋ ਮੇਰੀ ਮਾਂ ਤੂੰ ਕਹਾਂ ਮੈਂ ਜਾਂ, ਤੂੰ ਹੈ ਮੇਰੇ ਦਿਲ ਕੇ ਅੰਦਰ ਪੂਜਾ ਕਰੂੰ ਮਾਂ ਤੇਰੀ ਆ, ਓ ਮਾਂ ਤੂੰ ਹੈ ਮੇਰੇ ਦਿਲ ਕੇ ਅੰਦਰ ਪੂਜਾ ਕਰੂੰ ਮਾਂ ਤੇਰੀ, ਮੈਂ ਜੋ ਚਾਹੂੰ ਤੂੰ ਸਭ ਜਾਣੇ ਰਹਿਮਤ ਹੋ ਮਾਂ ਤੇਰੀ। ਬਿਲਕੁਲ ਬਿਲਕੁਲ, ਰਹਿਮਤ ਹਮੇਸ਼ਾ ਮਾਤਾ ਦੀ ਰਹਿਣੀ ਚਾਹੀਦੀ ਹੈ। ਦੋਸਤੋ ਸਮੇਂ ਇੱਥੇ ਮਜਬੂਰ, ਅੱਜ ਦੀ ਕੜੀ, ਅੱਜ ਦਾ ਅੰਕ ਇੱਥੇ ਗਏ ਸੰਪੰਨ ਕਰਨ ਦੀ ਅਸੀਂ ਤੁਹਾਡੇ ਕੋਲ ਆ ਗਿਆ ਚਾਹੁੰਦੇ ਹਾਂ। ਹਾਂ, ਅਗਰ ਤੁਸੀਂ ਆਪਣੇ ਗ੍ਰਾਂ ਸਾਦਾ ਦੇਣਾ ਚਾਹੁੰਦੇ ਹੋ ਤਾਂ ਘੰਟੀ ਮਾਰ ਸਕਦੇ ਹੋ ਸਾਡੇ ਇਹਨੇ ਨੰਬਰ। ਇਹਦੇ ਕੰਨੇ ਗਏ ਕੈਮਰਾਮੈਨ ਦੀਪਕ ਅਤੇ ਮਿਗੀ ਪ੍ਰਵੀਨ ਸ਼ਰਮਾ ਜੀ ਦਿਓ ਆ ਗਿਆ। ਜੈ ਜੰਮੂ, ਜੈ ਡੁੱਗਰ, ਜੈ ਭਾਰਤ। ਦੇਵੀ ਦੇ ਦੁਆਲੇ ਹੋਣ ਚੌਂਕੀਆਂ, ਥੋੜੀ ਸੁਆਗ ਦਾ ਸਮਾਂ, ਠੰਡੀਆਂ ਮਿੱਠੀਆਂ ਵਾਹਾਂ ਚੁੱਲੀਆਂ, ਅੰਬੇ ਤੇ ਬੌਣੇ ਦੀ ਛਾਂ, ਦੇਵੀ ਦੇ ਦੁਆਲੇ ਹੋਣ ਚੌਂਕੀਆਂ, ਥੋੜੀ ਸੁਆਗ ਦਾ ਸਮਾਂ, ਇਹਨੇ ਸਿੱਧੇ ਸਾਧ ਲੋਕ ਕੰਨ ਬਈ ਗੱਲ ਕਰੀ ਮੈਂ ਦਾ ਆਪਣਾ ਮਜ਼ਾ, ਤੁਸੀਂ ਆ